ਅੱਜ ਵਾਲੀ ਖਬਰਸਾਰ ਸ਼ੁਰੂ ਕਰਨ ਲੱਗੇ ਆ ਜੀ। ਧੰਨਵਾਦ ਕਰਕੇ ਉਹਨਾਂ ਸਾਰੇ ਸੱਜਣਾਂ ਦਾ ਜਿਨ੍ਹਾਂ ਦਾ ਸਹਿਯੋਗ ਸਾਨੂੰ ਮਿਲਦਾ। ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੁੱਤਾ ਸਾਹਿਬ ਕੈਨੇਡਾ ਤੋਂ ਤੇ ਪਿੰਡ ਸਿੰਧਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀ ਆ। ਬਹੁਤ ਬਹੁਤ ਧੰਨਵਾਦ ਤੇ ਧੰਨਵਾਦੀ ਆ ਦਰਸ਼ਨ ਸਿੰਘ ਦਰਸ਼ਕ ਹੋਰਾਂ ਦੇ ਜਿਹੜੇ ਪਟਿਆਲੇ ਤੋਂ ਆਪਣੇ ਨਾਲ ਜੁੜੇ ਨੇ। ਬਾਈ ਜੀ ਸਵਾਗਤ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪਟਿਆਲਾ ਸ਼ਾਹੀ ਸ਼ਹਿਰ ਤੇ ਬੜੀਆਂ ਖਬਰਾਂ ਹੁੰਦੀਆਂ ਜੀ ਤੁਹਾਡੇ ਸ਼ਹਿਰ ਦੀਆਂ। ਕੋਈ ਮੀਂਹ ਦੀ ਖਬਰ ਹੈਗੀ ਆ? ਪਾਰਡਨ, ਖਬਰ ਮੈਂ ਕਿਹਾ ਕੋਈ ਮੀਂਹ ਦੀ ਹੈ ਜੀ ਪਟਿਆਲੇ ਦੇ ਵਿੱਚ? ਤਾਂ ਹਲੇ ਗਰਮੀ ਚੱਲ ਰਹੀ ਹੈ ਜੀ, ਪੂਰੀ ਗਰਮੀ ਹੈ ਤੇ ਇਸ ਸਮੇਂ 47-46 ਡਿਗਰੀ ਜਿਹੜਾ ਹੈਗਾ ਤਾਪਮਾਨ ਚੱਲ ਰਿਹਾ ਤੇ ਪਰ ਇਹ ਹੈ ਜੀ ਮੌਸਮ ਵਿਭਾਗ ਨੇ ਕਿਹਾ ਕਿ ਹਨੇਰੀ ਆ ਸਕਦੀ ਹੈ ਤੇ ਝੱਪੜ ਚੱਲ ਸਕਦੇ ਆ ਤੇ ਦੇਖਣਾ ਇਹ ਹੁੰਦਾ ਕਿ ਵੈਸੇ ਲੋਕਾਂ ਨੂੰ ਲੋੜ ਹੈ ਇਸ ਗੱਲ ਦੀ ਤਾਂ ਜੋ ਥੋੜੀ ਬਹੁਤੀ ਰਾਹਤ ਮਿਲ ਸਕੇ। ਉਂਝ ਇਹ ਹੈ ਵੀ ਮੌਨਸੂਨ ਹਾਲੇ ਇੱਥੇ ਪਹੁੰਚੀ ਨੀ ਹੈਗੀ ਤੇ ਮੌਨਸੂਨ ਇੱਥੇ 28-29 ਤਰੀਕ ਨੂੰ ਪਹੁੰਚੂਗੀ ਤੇ ਪੂਰੇ ਪੰਜਾਬ ਦੇ ਵਿਚ ਹੀ ਪਹੁੰਚਦੀ ਹੈ ਇਹਨਾਂ ਦਿਨਾਂ ਦੇ ਵਿਚ ਤੇ ਉਦੋਂ ਹੀ ਜਿਹੜਾ ਹੈਗਾ ਮੀਂਹ ਪਊਗਾ ਤੇ ਲੋਕਾਂ ਨੂੰ ਰਾਹਤ ਮਿਲੂਗੀ ਜੀ। ਮੈਨੂੰ ਇਹ ਲੱਗਦਾ ਕਿ ਇੱਥੇ ਗਰਦ ਪਹਿਲਾਂ ਹੀ ਉੱਠਣੀ ਹੈ ਜੀ ਸਿਆਸੀ ਰੂਪ ਦੇ ਵਿਚ ਤੇ ਆਪਾਂ ਬਾਕੀ ਗੱਲਾਂ ਕਰ ਲਈਏ ਕਿਉਂਕਿ ਕੱਲ ਅਸੀਂ ਗੱਲ ਕੀਤੀ ਸੀ ਢੀਂਡਸਾ ਹੋਰੇ ਸ਼ਾਇਦ ਆਮ ਆਦਮੀ ਪਾਰਟੀ ਚ ਜਾਣ, ਹੁਣ ਖਬਰਾਂ ਆ ਰਹੀਆਂ ਨਹੀਂ ਭਾਈ ਉਧਰ ਨਹੀਂ, ਇਹਨਾਂ ਦਾ ਮੂਡ ਜਾਂ ਤਾਂ ਦੂਜੇ ਪਾਸੇ ਬਣਦਾ ਜਾਂਦਾ ਹੈ। ਕੀ ਹੋ ਸਕਦਾ ਤੇ ਕਿੱਧਰ ਜਾ ਸਕਦੇ ਜੀ? ਗੱਲ ਇਹ ਹੈ ਕਿ ਆਪਾਂ ਇੱਕ ਗੱਲ ਕਿਹਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਦੇ ਵਿਚ ਆਪਣੇ ਤੌਰ ਤੇ ਚੋਣਾਂ ਲੜਨਾ ਚਾਹੁੰਦੀ ਹੈ ਜੀ, ਅਕਾਲੀ ਦਲ ਤੋਂ ਅਲੱਗ ਹੋ ਕੇ। ਇਹ ਕਵਾਇਦ ਅੱਜ ਤੋਂ ਨਹੀਂ, ਕਾਫੀ ਦੇਰ ਤੋਂ ਚੱਲਦੀ ਆ ਰਹੀ ਹੈ ਜੀ, ਪਰ ਉਹ ਸਫਲ ਇਸ ਗੱਲ ਕਰਕੇ ਨਹੀਂ ਹੋ ਰਹੀ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਪੈਰ ਉਨੇ ਮਜ਼ਬੂਤ ਨਹੀਂ ਹੋਏ ਜਿੰਨੇ ਕਿ ਹੋਣੇ ਚਾਹੀਦੇ ਆ। ਉਹ ਤਾਂ ਹੀ ਮਜ਼ਬੂਤ ਹੋ ਸਕਦੇ ਆ ਜੇਕਰ ਉਸ ਨੂੰ ਕੋਈ ਵਧੀਆ ਇੱਕ ਚਿਹਰਾ ਮਿਲ ਸਕੇ ਜਿਹੜਾ ਪੰਜਾਬ ਦੇ ਵਿਚ ਉਸ ਦੀ ਪ੍ਰਤੀਨਿਧਤਾ ਕਰ ਸਕੇ, ਸਾਰੀ ਪਾਰਟੀ ਨੂੰ ਨਾਲ ਲੈ ਕੇ ਚੱਲ ਸਕੇ ਜੀ। ਤੇ ਉਸ ਸਬੰਧ ਦੇ ਵਿਚ ਉਸ ਭਾਰਤੀ ਜਨਤਾ ਪਾਰਟੀ ਵੱਲੋਂ ਬਹੁਤ ਸਾਰੇ ਲੀਡਰਾਂ ਨਾਲ ਸੰਪਰਕ ਵੀ ਕੀਤਾ ਜਾ ਰਿਹਾ, ਜਿਵੇਂ ਕੱਲ ਆਪਾਂ ਕਿਹਾ ਸੀਗਾ ਕਿ ਸੁਖਰਾਜ ਸਿੰਘ ਬਾਦਲ ਉਨ੍ਹਾਂ ਨਾਲ ਵੀ ਇਨ੍ਹਾਂ ਦਾ ਸੰਪਰਕ ਹੋਇਆ ਹੋਊਗਾ। ਇਸੇ ਗੱਲ ਕਰਕੇ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਹੁਣ ਇਹ ਕਿਹਾ ਜਾ ਰਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਤੇ ਹੋਰ ਸਿੱਖ ਲੀਡਰਸ਼ਿਪ ਨੂੰ ਵੀ ਜਿਹੜਾ ਹੈਗਾ ਇਹਦੇ ਵਿਚ ਭਾਜਪਾ ਦੇ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਨੇ। ਪਰ ਇਸ ਦੇ ਨਾਲ ਨਾਲ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਅੱਜ ਕੱਲ ਇਕ ਬੜੇ ਮੈਚਿਓਰ ਲੀਡਰ ਵੱਲੋਂ ਵਿਚਰ ਰਹੇ ਨੇ ਤੇ ਉਹ ਸੰਕੇਤ ਦਿੰਦੇ, ਸੰਕੇਤ ਦਾ ਮਤਲਬ ਇਹ ਨੀ ਹੈਗਾ ਕਿ ਜ਼ਰੂਰੀ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਵਿਚ ਚਲੇ ਜਾਣਗੇ ਜਾਂ ਆਮ ਆਦਮੀ ਪਾਰਟੀ ਦੇ ਵਿਚ ਚਲੇ ਜਾਣਗੇ। ਇਹ ਇਕ ਚਰਚਾ ਹੁੰਦੀ ਹੈ, ਚਰਚਾ ਦੇ ਨਾਲ ਇਕ ਲੀਡਰ ਮੀਡੀਆ ਦੇ ਵਿਚ ਰਹਿੰਦਾ, ਅਖਬਾਰਾਂ ਦੇ ਵਿਚ ਰਹਿੰਦਾ, ਲੋਕਾਂ ਦੇ ਵਿਚ ਰਹਿੰਦਾ, ਖੁਦ ਚਰਚਾ ਹੁੰਦੀ ਹੈ ਵੀ ਢੀਂਡਸਾ ਉੱਥੇ ਜਾ ਰਿਹਾ ਜਾਂ ਢੀਂਡਸਾ ਆਮ ਆਦਮੀ ਪਾਰਟੀ ਦੇ ਵਿਚ, ਲੋਕਾਂ ਦੇ ਵਿਚ ਉਸ ਬੰਦੇ ਦੀ ਗੱਲ ਚੱਲਦੀ ਰਹਿੰਦੀ ਹੈ। ਤੇ ਇਹਦੇ ਨਾਲ ਨਾਲ ਉਹਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਹਮਖਿਆਲੀ ਹੋਣਗੇ ਉਹਨਾਂ ਦੇ ਨਾਲ ਅਸੀਂ ਜਾ ਸਕਦੇ ਹਾਂ। ਹੁਣ ਭਾਰਤੀ ਜਨਤਾ ਪਾਰਟੀ ਹਮਖਿਆਲੀ ਹੈ, ਇਸ ਦੇ ਵੀ ਪ੍ਰਸ਼ਨ ਕਿਹਾ ਕਿਉਂਕਿ ਉਸ ਦੇ ਜਿਹੜੇ ਸਿਧਾਂਤ ਨੇ ਉਹ ਕੱਟੜਪੰਥੀ ਹਿੰਦੂ ਪੰਥੀ ਨੇ ਤੇ ਭਾਵੇਂ ਕਿ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਸਿੱਖ ਲੀਡਰ ਵੀ ਹੈਗੇ ਆ ਤੇ ਇਹ ਵੀ ਗੱਲ ਹੈਗੀ ਹੈ ਕਿ ਜੇਕਰ ਪਰਮਿੰਦਰ ਸਿੰਘ ਢੀਂਡਸਾ ਭਾਰਤੀ ਜਨਤਾ ਪਾਰਟੀ ਦੇ ਵਿਚ ਜਾਂਦੇ ਆ ਤਾਂ ਉਹਨੂੰ ਖਾਕੀ ਮਿੱਤਰ ਵੀ ਕਾਉਣੀ ਪੈਣੀ ਹੈ ਤੇ ਇਹ ਬੜੀ ਵੱਡੀ ਸਮੱਸਿਆ ਹੈਗੀ ਹੈ। ਇਹਦਾ ਜਿਹੜਾ ਇਹ ਸਿੱਖ ਪਰਿਵਾਰ ਹੈ ਤੇ ਬੜੀ ਦੇਰ ਤੋਂ ਜਿਹੜਾ ਹੈਗਾ ਅਕਾਲੀ ਦਲ ਰਿਹਾ ਤੇ ਹੁਣ ਉਨ੍ਹਾਂ ਨੇ ਇਹ ਗੱਲ ਵੀ ਕਹੀ ਹੈ ਕਿ ਅਸੀਂ ਅਕਾਲੀ ਦਲ ਜਾਂ ਕਾਂਗਰਸ ਦੇ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ, ਹੋਰ ਕਿਸੇ ਵੀ ਪਾਰਟੀ ਨਾਲ ਅਸੀਂ ਜਾ ਸਕਦੇ ਹਾਂ। ਹੁਣ ਇਹ ਵੀ ਦੇਖਣਾ ਪਊਗਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਲੰਮੇ ਸਮੇਂ ਤੋਂ ਢੀਂਡਸਾ ਪਰਿਵਾਰ ਦੇ ਨਾਲ ਨਜ਼ਦੀਕੀਆਂ ਬਣਾ ਰਹੀ ਹੈ, ਚਾਹੁੰਦੀ ਆ ਰਹੀ ਹੈ। ਸੁਖਦੇਵ ਸਿੰਘ ਢੀਂਡਸਾ ਉਨ੍ਹਾਂ ਨੂੰ ਜਿਹੜਾ ਅਵਾਰਡ ਦਿੱਤਾ ਗਿਆ ਉਹ ਵੀ ਜਿਹੜਾ ਹੈਗਾ ਇਹੀ ਮਤਲਬ ਭਾਰਤੀ ਜਨਤਾ ਪਾਰਟੀ ਦੇ ਕਹੇ ਦੇ ਉੱਤੇ ਹੀ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਢੀਂਡਸਾ ਜਿਹੜੇ ਸੀਨੀਅਰ ਢੀਂਡਸਾ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ
ਹਮੇਸ਼ਾ ਜੁੜੇ ਰਹੇ ਨੇ ਤੇ ਇਸ ਗੱਲ ਕਰਕੇ ਜੇਕਰ ਯੂਨਿਟੀ ਇੰਸਾ ਭਾਜਪਾ ਚ ਜਾਂਦੇ ਆ ਤਾਂ ਸੀਨੀਅਰਟੀ ਇੰਸਾ ਇਹ ਤਾਂ ਨਹੀਂ ਹੋ ਸਕਦਾ ਅਲੱਗ ਆਪਣੀ ਪਾਰਟੀ ਬਣਾ ਲੈਣ ਉਹ ਵੀ ਭਾਰਤੀ ਜਨਤਾ ਪਾਰਟੀ ਚ ਜਾਣਾ ਪਊਗਾ ਪਰ ਇਹ ਵੀ ਗੱਲ ਹੈ ਕਿ ਜਿਹੜੀ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਤੋਂ ਇਹ ਲੱਗਦਾ ਹੈ ਕਿ ਇਹ ਪਾਰਟੀ ਤਾਂ ਅਲੱਗ ਰਹੂਗੀ ਜਾਂ ਸੁਖਦੇਵ ਸਿੰਘ ਧੀਰ ਤਾਂ ਅਲੱਗ ਪਾਰਟੀ ਬਣਾ ਸਕਦੇ ਆ ਤੇ ਉਹ ਪਰ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਕੇ ਕਰ ਸਕਦੇ ਆ ਇੱਕ ਨਵੀਂ ਖਬਰ ਇਹ ਆਈ ਹੈ ਕਿ ਸੁਖਦੇਵ ਸਿੰਘ ਧੀਰਤਾ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕਰਤੀਆਂ ਨੇ ਤੇ ਕੁਝ ਦਿਨਾਂ ਬਾਅਦ ਉਹ ਮੋਗੇ ਦੇ ਵਿਚ ਇਸ ਸਰਗਰਮੀ ਦਾ ਆਪਣਾ ਸਾਨੂੰ ਜਿਹੜਾ ਹੈਗਾ ਪ੍ਰਗਟਾਵਾ ਕਰਨਗੇ ਦੱਸਿਆ ਜਾਂਦਾ ਹੈ ਕਿ ਉਥੇ ਇੱਕ ਸੀਨੀਅਰ ਅਕਾਲੀ ਆਗੂ ਜਿਹੜੇ ਕਿ ਜਥੇਦਾਰ ਤੋਤਾ ਸਿੰਘ ਦੇ ਖਿਲਾਫ ਨੇ ਪਰ ਉਹ ਕਾਫੀ ਧੱਕੜ ਆਗੂ ਨੇ ਉਹਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਕਿ ਇੱਕ ਪੰਜ ਮੈਂਬਰੀ ਕਮੇਟੀ ਹੈ ਉਹਦੇ ਉਹ ਕਾਫੀ ਸਰਗਰਮ ਹੈ ਉਸ ਵੱਲੋਂ ਜਿਹੜੇ ਬਾਦਲ ਅਕਾਲੀ ਦਲ ਖਾਸ ਤੌਰ ਤੇ ਬਾਦਲ ਪਰਿਵਾਰ ਨਾਲ ਟੁੱਟੇ ਨੇ ਲੋਕ ਉਹਨਾਂ ਦੇ ਨਾਲ ਇਸ ਤੋਂ ਇਲਾਵਾ ਜਿਹੜੇ ਮਾਨ ਦਲ ਨਾਲ ਟੁੱਟੇ ਨੇ ਉਹਨਾਂ ਦੇ ਨਾਲ ਕੁਛ ਜਿਹੜੀ ਕਿਸਤਪੰਥੀ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਜੋੜ ਕੇ ਅਕਾਲੀ ਦਲ ਬਣਾਇਆ ਜਾ ਰਿਹਾ ਤੇ ਉਸ ਦਾ ਪ੍ਰਧਾਨ ਸੁਖਦੇਵ ਸਿੰਘ ਧੀਰਤਾ ਉਹਨਾਂ ਨੂੰ ਬਣਾਇਆ ਜਾ ਰਿਹਾ ਤੇ ਇਸ ਪਰ ਹੁਣ ਅਗਲਾ ਸਵਾਲ ਇਹ ਵੀ ਹੁੰਦਾ ਕਿ ਜੇਕਰ ਨਵਾਂ ਅਕਾਲੀ ਦਲ ਬਣਦਾ ਹੈ ਤਾਂ ਅਕਾਲੀ ਅਕਾਲੀ ਦਲ ਦਾ ਕੀ ਬਣੂਗਾ ਅਕਾਲੀ ਦਲ ਦੇ ਲੈ ਦੇ ਕੇ ਦੋ ਚਾਰ ਲੀਡਰ ਨੇ ਇੱਕ ਜਿਹੜਾ ਬੋਲੀ ਜਿਹੜਾ ਹੈਗਾ ਉਹ ਪਹਿਲੇ ਹੀ ਅਕਾਲੀ ਦਲ ਦੇ ਨਾਲ ਜੁੜ ਗਿਆ ਦਸਮ ਸਿੰਘ ਅਜਨਾਲੇ ਦਾ ਵੀ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਉਹ ਸੁਖਬੀਰ ਸਿੰਘ ਬਾਦਲ ਨਾਲ ਜਾ ਸਕਦੇ ਆ ਅੱਗੇ ਰਹਿ ਗਏ ਰਣਜੀਤ ਸਿੰਘ ਬ੍ਰਹਮਪੁਰਾ ਤੇ ਸ਼ੇਖਵਾ ਸਾਹਿਬ ਉਹ ਕੀ ਇਸ ਅਕਾਲੀ ਦਲ ਦੇ ਵਿਚ ਆਉਣਗੇ ਜੇਕਰ ਉਹ ਵੀ ਆਉਂਦੇ ਆ ਤਾਂ ਹੋਰ ਅਕਾਲੀ ਦਲ ਨੂੰ ਜੋੜ ਕੇ ਤੇ ਇੱਕ ਅਕਾਲੀ ਦਲ ਬਣਾਇਆ ਜਾ ਸਕਦਾ ਤੇ ਉਸ ਦਾ ਜਿਹੜਾ ਤਰੀਕਾ ਇਹ ਹੋਊਗਾ ਕਿ ਪਹਿਲਾਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ਜਾਣ ਉਹਨਾਂ ਚੋਣਾਂ ਦੇ ਵਿਚ ਜੇਕਰ ਇਸ ਅਕਾਲੀ ਦਲ ਦੀ ਕਾਰਗੁਜ਼ਾਰੀ ਵਧੀਆ ਰਹਿੰਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਨਿਸ਼ਚਿਤ ਰੂਪ ਵਿਚ ਇਸ ਪਾਰਟੀ ਨਾਲ ਜੁੜ ਕੇ ਨਵਾਂ ਗਠਜੋੜ ਬਣਾ ਸਕਦੀ ਹੈ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਇਸ ਗਠਜੋੜ ਤੋਂ ਅਲੱਗ ਵੀ ਕਰ ਸਕਦੀ ਹੈ ਤੇ ਪਰ ਇਹ ਨਿਰਭਰ ਕਰਦਾ ਹੈ ਕਿ ਇਹ ਪਾਰਟੀ ਜਿਹੜਾ ਹੈਗਾ ਇਹਦੀ ਕਾਰਗੁਜ਼ਾਰੀ ਕੀ ਰਹੂਗੀ ਆਉਣ ਵਾਲੇ ਸਮੇਂ ਦੇ ਵਿਚ ਸਿੱਖ ਜਿਹੜੇ ਲੋਕ ਹੈ ਉਹ ਇਹਦੇ ਨਾਲ ਕਿੰਨਾ ਕੁ ਜੁੜਦੇ ਨੇ ਇਸ ਤੇ ਨਿਰਭਰ ਕਰਦਾ ਹੈ ਜੀ ਬਿਲਕੁਲ ਇਹ ਵੀ ਗੱਲਾਂ ਹੈ ਜੀ ਔਰ ਅਗਲੀ ਗੱਲ ਹੈ ਕਿ ਸਿਆਸਤ ਦੇ ਵਿੱਚੋਂ ਗਾਹਾਂ ਨਾ ਕਿ ਆਪਾਂ ਥੋੜੀ ਗੱਲ ਕਰੀਏ ਤਾਂ ਇਹ ਵੀ ਸਿਆਸਤ ਦੀ ਹੋਈ ਹੈ ਹੁਣ ਨਵਜੋਤ ਸਿੰਘ ਸਿੱਧੂ ਹੋਰੇ ਆਨਲਾਈਨ ਸਟੇਜ ਲਾਉਣ ਲੱਗੇ ਆ ਜੀ ਗੱਲ ਹੈ ਨਵਜੀਤ ਸਿੰਘ ਸਿੱਧੂ ਇੱਕ ਅਜਿਹਾ ਲੀਡਰ ਹੈ ਜਿਹੜਾ ਕਿ ਬਹੁਤ ਜ਼ਿਆਦਾ ਬੋਲਦਾ ਤੇ ਬੋਲਦਾ ਵਧੀਆ ਪਰ ਬਹੁਤ ਜ਼ਿਆਦਾ ਬੋਲਦਾ ਤੇ ਪਰ ਪਿਛਲੇ ਸਮੇਂ ਤੋਂ ਉਸ ਦੀ ਚੁੱਪ ਵੀ ਖਬਰ ਬਣਦੀ ਆ ਰਹੀ ਹੈ ਤੇ ਇਹੀ ਗੱਲ ਕਿਹਾ ਜਾਂਦਾ ਵੀ ਕੀ ਕਿਉਂ ਨਹੀਂ ਬੋਲ ਰਿਹਾ ਹੈਗਾ ਤੇ ਉਸਦੀ ਚੁੱਪ ਦੇ ਪਿੱਛੇ ਕੀ ਕਿਹੜਾ ਵੱਡਾ ਤੂਫਾਨ ਕਰ ਜਾ ਰਿਹਾ ਤੇ ਪਿਛਲੇ ਦਿਨ ਇਹ ਵੀ ਚਰਚਾ ਚੱਲੀ ਕਿ ਉਹ ਆਮ ਆਦਮੀ ਪਾਰਟੀ ਦੇ ਵਿਚ ਜਾ ਰਹੇ ਨੇ ਤੇ ਹੁਣ ਜਿਹੜਾ ਹੈਗਾ ਇਸ ਗੱਲ ਦੇ ਉੱਤੇ ਇੱਕ ਵਾਰੀ ਫਿਰ ਪ੍ਰਸ਼ਨ ਚੇਲਾ ਪਿਆ ਕਿ ਉਹ ਆਮ ਆਦਮੀ ਪਾਰਟੀ ਵਿਚ ਨਹੀਂ ਜਾਣਗੇ ਤੇ ਇਸ ਗੱਲ ਕਰਕੇ ਜਿਹੜਾ ਹੈਗਾ ਪਰ ਇਹ ਵੀ ਗੱਲ ਹੈਗੀ ਹੈ ਕਿ ਜਿਵੇਂ ਕਿ ਕੱਲ ਵੀ ਗੱਲ ਕੀਤੀ ਸੀ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ 2022 ਦੀਆਂ ਚੋਣਾਂ ਦੇ ਵਿਚ ਕਾਂਗਰਸ ਦੀ ਅਗਵਾਈ ਕਰਦੇ ਆ ਤਾਂ ਉਸ ਦੇ ਵਿਚ ਨਵਜੋਤ ਸਿੰਘ ਸਿੱਧੂ ਦੀ ਕੀ ਜਗ੍ਹਾ ਹੋਊਗੀ ਇਸੇ ਤਰੀਕੇ ਨਾਲ ਇਹ ਵੀ ਗੱਲ ਸੀਗੀ ਕਿ ਪ੍ਰਤਾਪ ਸਿੰਘ ਬਾਜਵਾ ਦੀ ਕੀ ਜਗ੍ਹਾ ਹੋਊਗੀ ਇਹ ਇੱਕ ਆਮ ਗੱਲ ਕਹੀ ਜਾ ਰਹੀ ਹੈ ਕਿ ਹੁਣ ਚਰਚਾ ਚੱਲ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਮਿਲਾਉਣ ਦੀਆਂ ਜਿਹੜੀਆਂ ਰਵਾਇਤਾਂ ਸੀਗੀਆਂ ਉਹ ਮੁਕੰਮਲ ਹੋ ਗਈਆਂ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੁਲਾਈ ਮਹੀਨੇ ਦੇ ਵਿਚ ਇਹਦੇ ਮੰਤਰੀ ਮੰਡਲ ਦੇ ਵਿਚ ਫੇਰ ਬਦਲ ਹੋਊਗੀ ਤੇ ਨਵਜੋਤ ਸਿੰਘ ਸਿੱਧੂ ਨੂੰ ਉਸ ਮੰਤਰੀ ਮੰਡਲ ਦੇ ਵਿਚ ਲਿਆ ਜਾਊਗਾ ਤੇ ਕੋਈ ਸਨਮਾਨ ਜਿਹੜਾ ਹੈਗਾ ਮੰਤਰਾਲਾ ਦੱਸਿਆ ਜਾਊਗਾ ਜਿਹੜੀ ਅੱਜ ਦੀ ਗੱਲ ਹੈ ਉਹਦੇ ਵਿਚ ਇਹ ਪਤਾ ਲੱਗਿਆ ਕਿ ਨਵਜੋਤ ਸਿੰਘ ਸਿੱਧੂ 28 ਤਰੀਕ ਨੂੰ ਜਿਹੜਾ ਹੈਗਾ ਜਿਹੜਾ ਸਪੀਕ ਆਫ ਇੰਡੀਆ ਜਿਹੜਾ ਸੋਨੀਆ ਗਾਂਧੀ ਨੇ ਪ੍ਰੋਗਰਾਮ ਚਲਾਇਆ ਜਿਹੜਾ ਕਿ ਮੋਦੀ ਸਰਕਾਰ ਦੇ ਖਿਲਾਫ਼ ਹੈ
ਉਸ ਨੂੰ ਸੰਬੋਧਨ ਕਰਨਗੇ ਤੇ ਉਸ ਸੰਬੋਧਨ ਤੋਂ ਬਾਅਦ ਇਹ ਗੱਲ ਸਾਹਮਣੇ ਮਤਲਬ ਇਹ ਗੱਲ ਜਿੰਨੀਆਂ ਵੀ ਕਿਆਸਾਂ ਆਈਆਂ ਉਹ ਖਤਮ ਹੋ ਜਾਣਗੀਆਂ ਤੇ ਹਾਲ ਦੀ ਘੜੀ ਨਵਜੋਤ ਸਿੰਘ ਸਿੱਧੂ ਜਿਹੜਾ ਹੈ ਕਾਂਗਰਸ ਦੇ ਵਿੱਚ ਹੀ ਰਹਿਣਗੇ ਤੇ ਜੇਕਰ ਜੁਲਾਈ ਮਹੀਨੇ ਦੇ ਵਿੱਚ ਨਵਾਂ ਮੰਤਰੀ ਮੰਡਲ ਜਾਂ ਮੰਤਰੀ ਮੰਡਲ ਦੀ ਫੇਰ ਬਦਲ ਹੁੰਦਾ ਤੇ ਨਵਜੋਤ ਸਿੰਘ ਸਿੱਧੂ ਨੂੰ ਕੋਈ ਵਧੀਆ ਅਹੁਦਾ ਮਤਲਬ ਮੰਤਰਾਲਾ ਮਿਲ ਜਾਂਦਾ ਤਾਂ ਇਹ ਹੈ ਕਿ ਉਹ ਪੰਜਾਬ ਦੇ ਵਿੱਚ ਹੀ ਰਹਿਣਗੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕੇਂਦਰੀ ਹਾਈ ਕਮਾਨ ਆ ਉਹਨਾਂ ਨੂੰ ਕੋਈ ਹੋਰ ਯੋਗ ਅਹੁਦਾ ਦੇ ਸਕਦੀ ਹੈ ਤੇ ਸਨਮਾਨਜਨਕ ਅਹੁਦਾ ਦੇ ਸਕਦੀ ਹੈ ਜੀ ਤੇ ਭਾਰਤ ਵੀ ਹੁਣ ਜੀ ਤਰੱਕੀਆਂ ਕਰਦਾ ਜਾ ਰਿਹਾ ਚਾਹੇ ਮਾੜੇ ਪਾਸੇ ਨੂੰ ਸਹੀ ਮਰੀਜ਼ਾਂ ਦੇ ਮਾਮਲੇ ਦੇ ਵਿਚ ਚੌਥੇ ਨੰਬਰ ਤੇ ਸੀ ਕੋਰੋਨਾ ਨੂੰ ਲੈ ਕੇ ਇਕ ਗੱਲ ਹੋਰ ਇਹਦੇ ਨਾਲ ਜੁੜੀ ਹੈ ਕਿ ਭਾਰਤ ਦੇ ਵਿਚ ਹੋਵੇ ਜਾਂ ਦੁਨੀਆਂ ਦੇ ਵਿਚ ਹੋਵੇ ਬਾਕੀ ਡੈਥ ਰੇਟ ਆ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਘਟ ਗਿਆ ਜੀ ਗੱਲ ਇਹ ਹੈ ਕਿ ਸਿੱਧੂ ਸਾਹਿਬ ਇਸ ਸਮੇਂ ਜਿਸ ਪ੍ਰਕਾਰ ਕੋਰੋਨਾ ਮਹਾਮਾਰੀ ਲਗਾਤਾਰ ਵਧਦੀ ਜਾ ਰਹੀ ਹੈ ਉਸ ਨੇ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੂਬਾ ਸਰਕਾਰਾਂ ਨੂੰ ਵੀ ਪੂਰੇ ਆਮ ਲੋਕਾਂ ਨੂੰ ਪੂਰੀ ਤਰ੍ਹਾਂ ਡਰਾ ਕੇ ਰੱਖ ਦਿੱਤਾ ਹੈ ਇਸ ਸਮੇਂ ਜਿਹੜਾ ਹੈਗਾ ਭਾਰਤ ਚੌਥੇ ਸਥਾਨ ਤੇ ਜਾ ਰਿਹਾ ਹੈ ਮਰੀਜ਼ਾਂ ਦੇ ਮਾਮਲੇ ਤੇ ਤੇ ਦੱਸਿਆ ਜਾਂਦਾ ਕਿ ਇਸ ਸਮੇਂ ਮਰੀਜ਼ਾਂ ਦੇ ਮਾਮਲੇ ਤੇ ਉਹ ਇੰਗਲੈਂਡ ਤੇ ਸਪੇਨ ਦੇ ਬਰਾਬਰ ਹੋ ਗਿਆ ਤੇ ਪਰ ਨਾਲ ਨਾਲ ਰਾਹਤ ਦੀ ਗੱਲ ਇਹ ਹੈ ਕਿ ਭਾਰਤ ਵਿਚ 10 ਲੱਖ ਲੋਕਾਂ ਦੇ ਪਿੱਛੇ ਇੱਕ ਮੌਤ ਹੋ ਰਹੀ ਹੈ ਇੰਗਲੈਂਡ ਦੇ ਵਿਚ ਉਹਦੀ ਆਬਾਦੀ ਥੋੜੀ ਹੈ ਉੱਥੇ 10 ਲੱਖ ਦੇ ਪਿੱਛੇ 606 ਮੌਤਾਂ ਹੋ ਰਹੀਆਂ ਨੇ ਤੇ ਉਂਝ ਜਿਹੜੀ ਕੁੱਲ ਮਿਲਾ ਕੇ ਆਪਾਂ ਕਹੀਏ ਤੇ ਹਿੰਦੁਸਤਾਨ ਦੇ ਵਿਚ ਨਾ ਪੂਰੀ ਦੁਨੀਆਂ ਦੇ ਵਿਚ 75 ਲੱਖ ਤੋਂ ਉਪਰ ਲੋਕ ਪੀੜਤ ਨੇ ਕੋਰੋਨਾ ਤੋਂ 80 ਲੱਖ ਲੋਕ ਇਸ ਸਮੇਂ ਠੀਕ ਵੀ ਹੋ ਚੁੱਕੇ ਨੇ ਤੇ 4,20,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਬੜੀ ਗੰਭੀਰ ਗੱਲ ਹੈ ਤੇ ਇਸ ਜਿਹੜੀ ਪੂਰੀ ਦੁਨੀਆਂ ਦੇ ਵਿਚ ਇੱਕ ਸਮਾਂ ਸੀਗਾ ਤੇ ਲਾਕਡਾਊਨ ਚੱਲ ਰਿਹਾ ਸੀਗਾ ਤੇ ਲਾਕਡਾਊਨ ਹੁਣ ਇਸ ਗੱਲ ਕਰਕੇ ਖੋਲਿਆ ਜਾ ਰਿਹਾ ਕਿਉਂਕਿ ਜਿਹੜੇ ਹੈਗੇ ਦੁਨੀਆਂ ਦੀ ਜਿਹੜੀ ਅਰਥ ਵਿਵਸਥਾ ਹੈ ਬੁਰੀ ਤਰ੍ਹਾਂ ਮਤਲਬ ਬਰਬਾਦ ਹੋ ਰਹੀ ਹੈ ਤੇ ਲੋਕ ਭੁੱਖਮਰੀ ਦਾ ਸ਼ਿਕਾਰ ਹੁੰਦੇ ਜਾ ਰਹੇ ਨੇ ਤੇ ਇਸ ਗੱਲ ਕਰਕੇ ਜਿਹੜੀਆਂ ਸਰਕਾਰਾਂ ਨੇ ਲਾਕਡਾਊਨ ਖਤਮ ਕੀਤਾ ਆਰਥਿਕ ਜਿਹੜੀਆਂ ਸਰਗਰਮੀਆਂ ਸ਼ੁਰੂ ਵੀ ਹੋ ਰਹੀਆਂ ਨੇ ਪਰ ਇਹਦੇ ਨਾਲ ਨਾਲ ਹੈਗਾ ਕਿ ਇਹ ਜਿਹੜੀ ਕੋਰੋਨਾ ਵਾਇਰਸ ਹੈ ਜਾਂ ਮਹਾਮਾਰੀ ਹੈ ਇਹ ਵੱਧਦੀ ਜਾ ਰਹੀ ਹੈ ਤੇ ਹਿੰਦੁਸਤਾਨ ਦੇ ਵਿਚ ਵੀ ਇਸ ਦਾ ਜਿਹੜਾ ਹੈ ਪ੍ਰਕੋਪ ਬਹੁਤ ਤੇਜ਼ ਹੁੰਦਾ ਜਾ ਰਿਹਾ ਤੇ ਜਿਹੜੇ ਹੈਗਾ ਹੁਣ ਲਗਾਤਾਰ ਜਿਹੜੇ ਹੈਗਾ 10,000 ਤੋਂ ਉਪਰ ਮਰੀਜ਼ ਰੋਜ਼ਾਨਾ ਆ ਰਹੇ ਨੇ ਤੇ ਇਸ ਗੱਲ ਕਰਕੇ ਆਉਣ ਵਾਲੇ ਸਮੇਂ ਦੇ ਵਿਚ ਜਿਹੜੇ ਹੈਗੇ ਇਹ ਕਾਫ਼ੀ ਮਾਮਲਾ ਗੰਭੀਰ ਹੋ ਸਕਦਾ ਤੇ ਇਸ ਤੋਂ ਬਚਣ ਦੇ ਲਈ ਸਰਕਾਰਾਂ ਯਤਨ ਕਰ ਵੀ ਰਹੀਆਂ ਨੇ ਪਰ ਇਹ ਯਤਨ ਤਾਂ ਹੀ ਸਫਲ ਹੋ ਜਾਣਗੇ ਜੇਕਰ ਉਹਨਾਂ ਸਰਕਾਰਾਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਨੂੰ ਆਮ ਲੋਕ ਮੰਨਣਗੇ ਅਸੀਂ ਦੇਖ ਰਹੇ ਹਾਂ ਕਿ ਲਾਕਡਾਊਨ ਖੁੱਲ ਰਿਹਾ ਲੋਕ ਉਸੇ ਤਰੀਕੇ ਨਾਲ ਭੀੜਾ ਬਣਾ ਕੇ ਤੁਰ ਰਹੇ ਨੇ ਮੈਂ ਤਾਂ ਅੱਜ ਦੇਖਿਆ ਕਿ ਮੋਟਰਸਾਈਕਲ ਦੇ ਵਿਚ 3-3 ਲੋਕ ਬੈਠ ਰਹੇ ਨੇ ਤੇ ਜਦਕਿ ਸਰਕਾਰ ਇਹ ਕਹਿ ਰਹੀ ਹੈ ਕਿ ਸਾਨੂੰ ਇਸ ਗੱਲ ਤੋਂ ਮਤਲਬ ਪਰਹੇਜ਼ ਕਰਨਾ ਚਾਹੀਦਾ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਪਰ ਅਫਸੋਸ ਸਾਡੇ ਲੋਕ ਮੰਨਦੇ ਨਹੀਂ ਹੈਗੇ ਇਸ ਨਾ ਮੰਨਣ ਦੇ ਕਾਰਨ ਹੀ ਜਿਹੜਾ ਹੈਗਾ ਸਾਡੇ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਮੌਨਸੂਨ ਦੇ ਵਿਚ ਵੀ ਕੋਰੋਨਾ ਦਾ ਖਤਰਾ ਵੱਧ ਸਕਦਾ ਜੀ IIT ਬੰਬੇ ਦਾ ਇਹ ਨਵਾਂ ਅਧਿਐਨ ਸਾਹਮਣੇ ਆਇਆ ਗੱਲ ਇਹ ਹੈ ਕਿ ਇਹ ਅਧਿਐਨ ਤਾਂ ਸਾਹਮਣੇ ਆਉਂਦੇ ਰਹਿੰਦੇ ਆ ਜੀ ਤੇ ਪਰ ਇਹ ਵੀ ਗੱਲ ਸਿੱਧੂ ਸਾਹਿਬ ਦੇਖਣ ਵਾਲੀ ਹੈ ਕਿ ਇਹ ਜਿਹੜਾ ਮੌਨਸੂਨ ਹੈ ਆਪਣਾ ਕੋਰੋਨਾ ਦਾ ਵਾਇਰਸ ਹੈ ਜਿੱਥੇ ਅਮਰੀਕਾ ਇੰਗਲੈਂਡ ਇਟਲੀ ਚੀਨ ਰੂਸ ਵਰਗੇ ਮੁਲਕ ਨੇ ਇਹ ਬਿਲਕੁਲ ਠੰਡੇ ਮੁਲਕ ਨੇ ਉੱਥੇ ਵੀ ਇਹ ਓਨਾ ਹੀ ਸਰਗਰਮ ਹੈ ਭਾਰਤ ਇੱਕ ਗਰਮ ਮੁਲਕ ਹੈ ਇੱਥੇ ਵੀ ਇਹ ਓਨਾ ਸਰਗਰਮ ਹੈ ਜਿਹੜੇ ਅਰਬ ਮੁਲਕ ਨੇ ਉੱਥੇ ਵੀ ਪੂਰੀ ਤਰ੍ਹਾਂ ਸਰਗਰਮ ਹੈ ਹਜੇ ਤੱਕ ਇਸ ਉੱਤੇ ਆਪਾਂ ਕੋਈ ਵੀ ਵਿਗਿਆਨੀ ਪੱਕੇ ਤੌਰ ਤੇ ਕੋਈ ਗੱਲ ਨਹੀਂ ਕਹਿ ਸਕਦਾ ਕਿ ਜਿਹੜਾ ਇਹ ਕੋਰੋਨਾ ਕਿਸ ਤਰੀਕੇ ਨਾਲ ਫੈਲ ਰਿਹਾ ਕਿਸ ਤਰ੍ਹਾਂ ਮੈਂ ਤਾਂ ਹੁਣ ਵੈਸੇ ਵੀ ਇੱਕ ਹਾਸੇ ਵਾਲੀ ਗੱਲ ਹੈ ਕਿਉਂਕਿ ਇਹ ਕੋਰੋਨਾ ਜਿਹੜਾ ਹੈਗਾ ਬੋਲਾ ਵੀ ਹੈਗਾ ਇਹਨੂੰ ਦਿਸਣਾ ਵੀ ਨਹੀਂ ਹੈਗਾ ਜੇ ਬੋਲਾ ਹੋਣ ਦੀ ਇਹ ਗੱਲ ਹੈ ਕਿ ਅਸੀਂ ਹਿੰਦੁਸਤਾਨ ਦੇ ਵਿਚ ਪਹਿਲਾਂ ਥਾਲੀਆਂ ਵਜਾਈਆਂ ਵੀ ਸੁਣਦਾ ਸਾਡੀ ਗੱਲ ਪਰ ਇਹਨੇ ਸੁਣੀ ਨੀ ਹੈਗੀ
फिर मोमबत्तियां जगाईया दीवे जगाए उन्हें ए भी नहीं देखा है पर उस तरीके लोगों के उत्ते अटैक कर रहा है ते ए किसी की सुनता नहीं है ते ए जिहड़े खोजकर्ता ने उन्होंने एक डॉक्टर प्रोफेसर अमित अग्रवाल है रजनीश भारद्वाज है उन्होंने कहा है कि जिहड़ा गर्मी के जो आप छिक मारते हैं या कुछ होर करते हैं तो यह नाल दी नाल सुक जाता है ते इस गल करके यह कोरोना की मौत हो जाती है जो मानसून आती है तो यह सलाब ज्यादा बढ़ जाती है नमी बहुत ज्यादा होती है इस गल करके जो असि छिका मारांगे या कोई कोरोना पीड़ित छिक मारूगा खंघूगा तो यह हवा के उसी तरीके तैरता रहूगा किसी नमी के कारण इस गल करके आने वाले समय च जो है कोरोना का प्रकोप बहुत ज्यादा बढ़ सकता है। जी जी बिल्कुल उदो बढ़ सकता है और पॉसिबिलिटी यह बड़े पद्धर ते है ते गाहां दी गल करिए डॉक्टर साहब सॉरी दर्शक जी मानसून दे विच सारा कुछ वध जाना है ते दूजे पासे सियासत बड़ी वध रही है हुण दुबई दे विच पंजाबी फसे होए ने 20,000 दे करीब है सुखवीर ने विदेश मंत्रालय नूं अपील कीती है जी गल इह है कि इस समय सुखवीर सिंह बादल काफी ज्यादा सरगर्मियां दिखा रहे ने जी ਉਹਦਾ ਕਾਰਨ ਇਹ ਹੈ ਕਿ ਅਸੀਂ ਲੋਕਾਂ ਦੇ ਵਿਚ ਆਪਣਾ ਕਿਵੇਂ ਨਾ ਕਿਵੇਂ ਆਧਾਰ ਵਧਾ ਸਕੀਏ ਉਹਦੇ ਵਿਚ ਕਦੇ ਉਹ ਖਾਲਿਸਤਾਨ ਦੀ ਗੱਲ ਸਾਹਮਣੇ ਆ ਜਾਂਦੀ ਹੈ ਕਦੇ ਕਿਸੇ ਹੋਰ ਤਰ੍ਹਾਂ ਦੀ ਗੱਲ ਸਾਹਮਣੇ ਆ ਜਾਂਦੀ ਹੈ ਪਰ ਨਾਲ ਨਾਲ ਇਹ ਇਕ ਸਮਾਜਿਕ ਗੱਲਾਂ ਵੀ ਸਾਹਮਣੇ ਆ ਜਾਂਦੀਆਂ ਨੇ ਤੇ ਇਹ ਜਿਹੜੇ ਅਰਬ ਮੁਲਕ ਨੇ ਉਥੇ ਵੀ ਲਾਕਡਾਊਨ ਕਰਕੇ ਬਹੁਤ ਭਾਰੀ ਸਮੱਸਿਆ ਖੜੀ ਹੋ ਗਈ ਹੈ ਉਥੇ ਦੀ ਅਰਥ ਵਿਵਸਥਾ ਵੀ ਜਾਮਾਨਾ ਹੋਈ ਪਈ ਹੈ ਜਾਤੇ ਉਥੇ ਬਹੁਤ ਜ਼ਿਆਦਾ ਅਲੀਕ ਲੋਕ ਵਸਦੇ ਹੈ ਤੇ ਉਸੇ ਤਰੀਕੇ ਨਾਲ ਸਾਡੇ ਜਿਹੜੇ ਬਹੁਤ ਸਾਰੇ ਲੋਕ ਇਹਨਾਂ ਮੁਲਕਾਂ ਦੇ ਵਿਚ ਗਏ ਹੋਏ ਨੇ ਦੁਬਈ ਚ ਗਏ ਨੇ ਕੁਵੈਤ ਚ ਗਏ ਨੇ ਸਾਊਦੀ ਅਰਬ ਦੇ ਵਿਚ ਨੇ ਤੇ ਉਥੇ ਕੰਮ ਬੰਦ ਹੋਣ ਕਰਕੇ ਇਹ ਸਾਡੇ ਲੋਕ ਫਸੇ ਹੋਏ ਨੇ ਉਹਨਾਂ ਕੋਈ ਪੈਸਾ ਨਹੀਂ ਹੈਗਾ ਤੇ ਖਾਣ ਪੀਣ ਦਾ ਕੋਈ ਸਮਾਨ ਨਹੀਂ ਹੈਗਾ ਉਹਨਾਂ ਦੇ ਇਕ ਹੋਰ ਬੜੀ ਸਮੱਸਿਆ ਹੈ ਜਿਹੜੇ ਉਹਨਾਂ ਦੇ ਪਾਸਪੋਰਟ ਨੇ ਉਹ ਕੰਪਨੀ ਨੇ ਜਬਤ ਕਰ ਲੈਂਦੀਆਂ ਨੇ ਕਾਨੂੰਨ ਹੀ ਹੈ ਜੀ ਉੱਥੇ ਨਾ ਇੱਦਾਂ ਦਾ ਕਿ ਰਬਾਬ ਹੈ ਜਿਹੜਾ ਕਿਉਂਕਿ ਇੱਕ ਉਹ ਮਾਲਕ ਹੁੰਦਾ ਹਰੇਕ ਕੰਪਨੀ ਦਾ ਮਤਲਬ ਜਿਵੇਂ ਮੰਨ ਲਓ 20 ਬੰਦਿਆਂ ਨੂੰ ਤੁਸੀਂ ਲੈ ਕੇ ਜਾਣਾ ਤੁਸੀਂ ਰਬਾਬ ਹੋ ਨਾ ਤਾਂ ਤੁਹਾਡੇ ਕੋਲ ਰਹੂਗਾ ਇਹ ਉੱਥੇ ਸਿਸਟਮ ਆਪਣੇ ਵਾਂਗੂ ਇੰਡੀਆ ਵਾਲਾ ਹਿਸਾਬ ਨੀ ਇਹ ਤਾਂ ਕਾਨੂੰਨ ਹੀ ਹੈ ਜੀ ਉੱਥੇ ਤਾਂ ਕਰਕੇ ਇਹ ਅੜਿੱਕਾ ਵੀ ਹੈ ਠੀਕ ਹੈ ਉੱਥੇ ਦਾ ਕਾਨੂੰਨ ਹੋਊਗਾ ਜਾਂ ਆਪਾਂ ਕੋਈ ਵੀ ਕੈਂਡਲ ਕਹਿ ਸਕਦੇ ਹਾਂ ਪਰ ਹੁਣ ਜਿਹੜਾ ਹੈਗਾ ਸਮੱਸਿਆ ਬਹੁਤ ਭਾਰੀ ਭਿਅੰਕਰ ਬਣੀ ਹੋਈ ਹੈ ਤੇ ਇਸ ਸੰਬੰਧ ਵਿਚ ਭਾਰਤ ਸਰਕਾਰ ਨੂੰ ਕੋਈ ਦਖਲ ਦੇਣਾ ਚਾਹੀਦਾ ਜਾਂ ਤਾਂ ਉਥੇ ਦੀ ਸਰਕਾਰ ਹੈ ਉਥੇ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਦੀ ਆਰਥਿਕ ਸਹਾਇਤਾ ਕਰੇ ਉਹਨਾਂ ਦੀ ਰੋਟੀ ਪਾਣੀ ਦਾ ਇੰਤਜ਼ਾਮ ਕਰੇ ਅਤੇ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦੇਵੇ ਕਿ ਜਦੋਂ ਲਾਕਡਾਊਨ ਖੁੱਲ ਜਾਂਦਾ ਜਦੋਂ ਆਰਥਿਕ ਹਾਲਾਤ ਬਿਹਤਰ ਹੋ ਜਾਂਦੇ ਨੇ ਤੇ ਆਰਥਿਕ ਸਰਗਰਮੀਆਂ ਸ਼ੁਰੂ ਹੋ ਜਾਂਦੀਆਂ ਤੇ ਉਹਨਾਂ ਨੂੰ ਉਸੇ ਤਰੀਕੇ ਨਾਲ ਨੌਕਰੀ ਦਿੱਤੀ ਜਾਊਗੀ ਤੇ ਉਹ ਕੰਮ ਕਾਰ ਕਰ ਸਕਦੇ ਨੇ ਜਦੋਂ ਹੁਣ ਉਹਨਾਂ ਕੋਲ ਕੰਮ ਕਾਰ ਹੀ ਕੋਈ ਨੀ ਹੈਗਾ ਤੇ ਉਹਨਾਂ ਨੂੰ ਫਿਰ ਰੱਖਣ ਦਾ ਵੀ ਕੋਈ ਗੱਲ ਨੀ ਬਣਦੀ ਹੈਗੀ ਤੇ ਇਸ ਸੰਬੰਧ ਵਿਚ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਤੇ ਉਹਨਾਂ ਦਾ ਭਵਿੱਖ ਨਿਸ਼ਚਿਤ ਹੋਣਾ ਚਾਹੀਦਾ ਚਾਹੇ ਉਹ ਇਹਨਾਂ ਨੂੰ ਇੱਥੇ ਲਿਆਉਣਾ ਚਾਹੇ ਲਿਆ ਸਕਣ ਜਾਂ ਉਥੇ ਦੀਆਂ ਸਰਕਾਰਾਂ ਨੂੰ ਕਹਿਣ ਕਿ ਇਹਨਾਂ ਦਾ ਕੋਈ ਬੰਦੋਬਸਤ ਕੀਤਾ ਜਾਣਾ ਚਾਹੀਦਾ ਜੀ ਮੇਰੇ ਸਾਹਮਣੇ 99 ਮਰੀਜ਼ਾਂ ਦੀ ਰਿਪੋਰਟ ਹੈ ਪੰਜਾਬ ਦੀ ਅੱਜ ਦੀ ਤੁਸੀਂ ਵੀ ਸ਼ਾਇਦ ਨਜ਼ਰ ਮਾਰੀ ਹੋਵੇ ਮੈਂ ਥੋੜੀ ਸਾਂਝੀ ਕਰਦਾ ਕਿ ਇਹ ਜਿਹੜੇ ਕੇਸ ਨੇ ਪੰਜਾਬ ਦੇ ਵਿਚ ਟੋਟਲ ਸੈਂਪਲਿੰਗ ਜਿਹੜੀ ਹੁਣ ਤੱਕ ਹੋਈ ਹੈ ਉਹ 1,65,548 ਹੈ 2,986 ਪੇਸ਼ੈਂਟ ਹੈ ਜਿਹੜੇ ਉਹ ਪਾਜ਼ੇਟਿਵ ਆ ਚੁੱਕੇ ਨੇ ਹੁਣ ਤੱਕ ਟੈਸਟਾਂ ਦੇ ਮੁਤਾਬਕ ਇਨ੍ਹਾਂ ਚੋਂ 2,282 ਠੀਕ ਹੋ ਚੁੱਕੇ ਨੇ ਐਕਟਿਵ ਕੇਸਿਸ ਹੈ ਜਿਹੜੇ ਉਹ 641 ਨੇ 9 ਪੇਸ਼ੈਂਟ ਆਕਸੀਜਨ ਸਪੋਰਟ ਦੇ ਉੱਤੇ ਹੈ ਕ੍ਰਿਟੀਕਲ ਕੰਡੀਸ਼ਨ ਦੇ ਵਿਚ ਜਿਹੜੇ ਵੈਂਟੀਲੇਟਰ ਤੇ ਉਹ 2 ਨੇ ਹੁਣ ਤੱਕ ਡੈਥ ਦਾ ਅੰਕੜਾ ਜਿਹੜਾ ਉਹ 63 ਹੈ ਤੇ ਲੁਧਿਆਣੇ ਦੇ ਵਿਚ 12 ਕੇਸ ਨਵੇਂ ਆਏ ਜੀ ਅੱਜ 99 ਜਿਹੜੇ ਕੇਸ ਆਏ ਨੇ ਉਨ੍ਹਾਂ ਚੋਂ 4 ਜਿਹੜੇ ਪਾਜ਼ੇਟਿਵ ਮਰੀਜ਼ਾਂ ਦੇ ਕੰਟੈਕਟ ਦੇ ਵਿਚ ਆਏ ਨੇ 1 ਕੇਸ ਨਵਾਂ 4 ਕੇਸ ਜਿਹੜੇ ਆ ਉਹ ਗਾਹਾਂ ਦੀ ਗਾਹਾਂ ਜੁੜੇ ਨੇ ਤੇ 3 ਹੋਰ ਨਵੇਂ ਕੇਸ ਨੇ ਇਸੇ ਤਰੀਕੇ ਦੇ ਨਾਲ 63 ਨੰਬਰ ਹੈ ਜਿਹੜੇ ਉਹ ਅੰਮ੍ਰਿਤਸਰ ਦੇ ਆ 2 ਨਵੇਂ ਕੇਸ ਨੇ 19 ਕੰਟੈਕਟ ਦੇ ਵਿਚ ਆਏ ਆ ਜਿਹੜੇ ਪਾਜ਼ੇਟਿਵ ਕੇਸਿਸ ਤੇ 21 ਅਲੱਗ ਕੇਸਿਸ ਨੇ ਸੋਰੀ 31 ਜਿਹੜੇ ਜੀ ਇਹਦੇ ਨਾਲ ਇੱਕ ਹੋਰ ਵੀ ਦੱਸਦਾ ਕਿ ਅੱਜ ਫਿਰ
ਅੰਮ੍ਰਿਤਸਰ ਦੇ ਵਿਚ 36 ਕੇਸ ਸਾਹਮਣੇ ਆਏ ਆ, ਜਲੰਧਰ ਚ ਇੱਕ ਮੌਤ ਹੋਰ ਹੋ ਚੁੱਕੀ ਹੈ। ਮੇਰੇ ਕੋਲ 63 ਦਾ ਅੰਕੜਾ ਜੀ ਅੰਮ੍ਰਿਤਸਰ ਤੋਂ, ਤੁਸੀਂ ਸ਼ਾਇਦ ਜਾਂ ਤਾਂ ਤੁਹਾਡੇ ਵਾਲਾ ਥੋੜਾ ਮਿਸਪਲੇਸ ਹੋਇਆ ਵਾ, ਹੋ ਸਕਦਾ ਤੇ ਹੁਣ ਹੋਰ ਵੱਧ ਕੇ ਹੁਣ। ਹਾਂਜੀ, ਕਿਉਂਕਿ 99 ਕੇਸ ਆਏ ਆ ਜੀ ਅੱਜ। ਅੱਛਾ, ਮੈਂ ਤਾਂ ਹੀ ਦੱਸ ਰਿਹਾ ਸੀ ਕਿ ਡਿਟੇਲ ਹੁਣੇ ਮੇਰੇ ਕੋਲ ਚਮਕੀ ਹੈ। ਇਹਦੇ ਚ ਐਸ ਏ ਐਸ ਨਗਰ ਦੇ ਵਿਚ 3 ਨੇ, 2 ਕੰਟੈਕਟ ਦੇ ਵਿਚ ਆਉਣ ਵਾਲੇ ਕੇਸ ਨੇ, 1 ਨਵਾਂ ਕੇਸ ਹੈ। ਸੰਗਰੂਰ ਦੇ ਵਿਚ 5 ਕੇਸ ਨੇ, 1 ਨਵਾਂ ਕੇਸ ਹੈ ਜਿਹਦੀ ਟਰੈਵਲ ਹਿਸਟਰੀ ਹੈ, ਦਿੱਲੀ ਤੋਂ ਆਇਆ। 3 ਨਵੇਂ ਕੇਸਿਸ ਨੇ ਜਿਹੜੇ ਉਹ ਪੁਲਿਸ ਦੇ ਨਾਲ ਜੁੜੇ ਆ, ਪੁਲਿਸ ਅਧਿਕਾਰੀ ਜਾਂ ਆਫੀਸ਼ਲ ਜੋ ਵੀ ਹੈ। 1 ਨਵਾਂ ਕੇਸ ਹੈ ਜਿਹੜਾ ਉਹ ਯਾਤਰੀ ਹੈ। ਅਗਲੀ ਗੱਲ ਅਸੀਂ ਕਰ ਲਈਏ ਐਸ ਬੀ ਐਸ ਨਗਰ ਦੀ, ਇੱਥੇ 2 ਕੇਸ ਨੇ, ਇਨ੍ਹਾਂ ਦੀ ਦੋਵਾਂ ਦੀ ਟਰੈਵਲ ਹਿਸਟਰੀ ਹੈ, ਇੱਕ ਯੂਪੀ ਤੋਂ ਇੱਕ ਦਿੱਲੀ ਤੋਂ ਹੈ। ਹੁਸ਼ਿਆਰਪੁਰ ਦੇ ਵਿਚ ਵੀ ਟਰੈਵਲ ਹਿਸਟਰੀ ਵਾਲੇ 2 ਕੇਸ ਆਏ ਨੇ, ਇੱਕ ਗੁੜਗਾਓਂ ਤੋਂ ਆਇਆ ਤੇ ਇੱਕ ਜੰਮੂ ਕਸ਼ਮੀਰ ਤੋਂ। ਜਲੰਧਰ ਦੇ ਵਿਚ 3 ਕੇਸ ਨੇ, 2 ਕੇਸ ਹੈ ਜਿਹੜੇ ਉਹ ਨਵੇਂ ਨੇ ਤੇ 1 ਪਾਜ਼ੇਟਿਵ ਦੇ ਕੰਟੈਕਟ ਚ ਆਉਣ ਤੋਂ ਬਾਅਦ। ਰੋਪੜ ਤੋਂ 5 ਕੇਸ ਆਏ ਆ, 3 ਕੰਟੈਕਟ ਦੇ ਵਿਚ ਆਏ ਨੇ, 1 ਨਿਊ ਕੇਸ ਹੈ, ਇਹ ਆਂਗਨਵਾੜੀ ਵਰਕਰ ਹੈ, ਤੇ 1 ਹੋਰ ਕੇਸ ਹੈ ਇਹ ਤੋਂ ਬਿਨਾਂ। ਤੇ ਨਾਲ ਹੀ ਫਾਜ਼ਿਲਕਾ ਦੇ ਵਿਚ ਜਿਹੜਾ ਬਹੁਤ ਹੱਦ ਤੱਕ ਗ੍ਰੀਨ ਜ਼ੋਨ ਚੱਲ ਰਿਹਾ ਸੀ, ਉਥੇ 1 ਨਵਾਂ ਕੇਸ ਹੈ, ਇਹ ਟਰੈਵਲ ਹਿਸਟਰੀ ਸਮੇਤ ਗੁੜਗਾਓਂ ਤੋਂ ਆਇਆ ਤੇ 1 ਜਿਹੜਾ ਲੋਕਲ ਕੇਸ ਹੈ ਉਥੇ, ਜਿਹੜਾ ਵਪਾਰੀ ਹੈ, ਕੋਈ ਛੋਟਾ ਮੋਟਾ ਕੋਈ ਵੀ ਹੋ ਸਕਦਾ, ਸ਼ਾਇਦ ਇਹ ਕੋਈ ਸਮਾਨ ਵਗੈਰਾ ਜਿਵੇਂ ਆਪਾਂ ਨੇ ਛੋਲੇ ਪੂਰੀਆਂ ਜਾਂ ਕੁਛ ਇਸ ਟਾਈਪ ਦਾ ਸਮਾਨ ਵੇਚਦਾ ਸੀ। ਇਹ ਕੱਲ੍ਹ ਦੀ ਰਿਪੋਰਟ ਸੀਗੀ ਇਹਦੀ ਚੱਕੀ। ਬਰਨਾਲੇ ਤੋਂ ਇੱਕ ਕੇਸ ਆਇਆ ਜੀ, ਇਹ ਪੁਲਿਸ ਦੇ ਨਾਲ ਜੁੜਿਆ ਹੋਇਆ, ਤੇ 1 ਨਵਾਂ ਕੇਸ ਫਿਰੋਜ਼ਪੁਰ ਤੋਂ ਆਇਆ। ਸੋ ਖਤਰੇ ਵੱਧ ਰਹੇ ਨੇ। ਦਰਸ਼ਕ ਜੀ, ਹਾਂਜੀ ਬੋਲ ਰਹੇ, ਕੀ ਟਿੱਪਣੀ ਦੇਣੀ ਚਾਹੋਗੇ ਸਾਰੇ ਕਸਤੇ ਕਿ ਇਹ 99 ਕੇਸ ਇਸ ਵਕਤ ਪੰਜਾਬ ਦੇ ਵਿੱਚ? ਗੱਲ ਇਹ ਹੈ ਕਿ ਇਸ ਸਮੇਂ ਜਿਹੜਾ ਪੰਜਾਬ ਦੀ ਸਥਿਤੀ ਵੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਗੌੜਾ ਨੇ ਇਸ ਸਥਿਤੀ ਨੂੰ ਦੇਖਦੇ ਹੋਏ ਹੁਣ ਪੰਜਾਬ ਦੇ ਵਿਚ ਦੁਬਾਰਾ ਜਿਹੜਾ ਲਾਕਡਾਊਨ ਦਾ ਜਿਹੜਾ ਐਲਾਨ ਕੀਤਾ ਹੈ। ਲਾਕਡਾਊਨ ਦੇ ਉੱਤੇ ਵੀ ਸਵਾਲ ਹੀ ਚੱਲੀ ਜਾਂਦੇ ਨਾ ਜੀ, ਕਿ ਲਾਕਡਾਊਨ 2 ਦਿਨਾਂ ਦੇ ਵਿਚ ਜਾਂ ਛੁੱਟੀ ਵਾਲੇ ਦਿਨਾਂ ਚ ਕਰਕੇ ਕੀ ਸਿੱਧ ਕਰਨਾ ਚਾਹੁੰਦੇ ਨੇ? ਪਹਿਲਾਂ ਇਹ ਸੀ ਕਿ ਦੁਕਾਨਾਂ ਵੀ ਬੰਦ ਰਹਿਣਗੀਆਂ, ਹੁਣ ਕਹਿੰਦੇ ਦੁਕਾਨਾਂ ਖੁੱਲੀਆਂ ਰਹਿਣਗੀਆਂ। ਦੁਕਾਨਾਂ ਖੁੱਲੀਆਂ ਰਹਿਣਗੀਆਂ ਤਾਂ ਉੱਥੇ ਤਾਂ ਲੋਕ ਜਾਣਗੇ ਜੀ। ਗੱਲ ਇਹ ਹੈ ਕਿ ਤੁਸੀਂ ਵੈਸੇ ਮੈਨੂੰ ਇਹ ਲੱਗਦਾ ਕਿ ਲਾਕਡਾਊਨ ਦੇ ਨਾਲ ਕੋਈ ਜ਼ਿਆਦਾ ਫਰਕ ਪੈਣ ਵਾਲਾ ਹੈ ਨਹੀਂ ਗਿਆ। ਉਹ ਅਸੀਂ ਦੇਖਿਆ ਕਿ ਜਦੋਂ ਲਾਕਡਾਊਨ ਖੁੱਲ ਜਾਂਦਾ ਜਾਂ ਲਾਕਡਾਊਨ ਬੰਦ ਹੁੰਦਾ ਹੈ ਤਾਂ ਵੀ ਲੋਕ ਇਸ ਤਰੀਕੇ ਨਾਲ ਕੱਖਾਂ ਦੇ ਵਿੱਚ ਫਿਰੀ ਜਾਂਦੇ ਆ। ਜਦੋਂ ਲਾਕਡਾਊਨ ਹੁਣ ਖੁੱਲ ਜਾਂਦਾ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 3-3 ਬੰਦੇ ਤਾਂ ਮੋਟਰਸਾਈਕਲਾਂ ਦੇ ਉੱਤੇ ਫਿਰੀ ਜਾਂਦੇ ਨੇ, ਉਸੇ ਤਰੀਕੇ ਨਾਲ ਤੁਸੀਂ ਦੁਕਾਨਾਂ ਦੇ ਵਿੱਚ ਜਾਓ ਤਾਂ ਲੋਕ ਉਸੇ ਤਰੀਕੇ ਨਾਲ ਭੀੜਾਂ ਚੱਲ ਰਹੀਆਂ ਨੇ ਤੇ ਉੱਥੇ ਵੀ ਖੁਦ ਲੋਕ ਜਿਹੜੇ ਹੈਗੇ ਉਹ ਲੋਕ ਜਿਹੜੀ ਸਮਾਜਿਕ ਡਿਸਟੈਂਸਿੰਗ ਹੈ ਉਹ ਨਹੀਂ ਰੱਖਦੇ ਹੈਗੇ। ਤੇ ਜਦ ਤੱਕ ਅਸੀਂ ਆਪ ਖੁਦ ਇਹਨਾਂ ਜਿਹੜੇ ਨਿਯਮਾਂ ਦਾ ਪਾਲਣ ਨਹੀਂ ਕਰਦੇ ਹੈਗੇ ਉਦੋਂ ਤੱਕ ਇਹ ਕੋਰੋਨਾ ਦੇ ਨਾਲ ਅਸੀਂ ਲੜਾਈ ਨਹੀਂ ਲੜ ਸਕਦੇ ਹੈਗੇ। ਤੇ ਇਹ ਜਿਹੜਾ ਹੈਗਾ ਇਹ ਲਾਕਡਾਊਨ ਸਰਕਾਰਾਂ ਇਸੇ ਗੱਲ ਕਰਕੇ ਲਾਉਂਦੀਆਂ ਨੇ ਕਿ ਲੋਕਾਂ ਦੀਆਂ ਸਰਗਰਮੀਆਂ ਘਟਣ ਤੇ ਲੋਕ ਇੱਕ ਦੂਜੇ ਦੇ ਨਾਲ ਇੱਕ ਦੂਜੇ ਨੂੰ ਨਾ ਮਿਲਣ। ਪਰ ਅਫਸੋਸ ਦੀ ਗੱਲ ਇਹ ਹੈ ਕਿ ਜਲਦੀ ਕੋਈ ਛੁੱਟੀ ਹੁੰਦੀ ਹੈ ਤੇ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਘਰਾਂ ਚਲੇ ਜਾਂਦੇ ਨੇ ਤੇ ਉੱਥੇ ਫਿਰ ਕਈ ਕਈ ਘੰਟੇ ਬੈਠੇ ਰਹਿੰਦੇ ਨੇ ਤੇ ਇਹ ਜਿਹੜੀ ਬੜੀ ਸਮੱਸਿਆ ਸਾਡੇ ਲਈ ਬਣ ਚੁੱਕੀ ਹੈ। ਤੇ ਇਹੀ ਕਾਰਨ ਹੈ ਕਿ ਸਾਡੇ ਹਿੰਦੁਸਤਾਨ ਦੇ ਵਿਚ ਇਹ ਬਹੁਤ ਵੱਡੀ ਸਮੱਸਿਆ ਬਣ ਕੇ ਆ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਜਿਹੜੇ ਸਿਹਤ ਮਾਹਰ ਨੇ ਉਹ ਕਹਿ ਰਹੇ ਨੇ ਕਿ ਜੁਲਾਈ ਮਹੀਨਾ ਬਹੁਤ ਸ਼ਿਖਰ ਤੇ ਪਹੁੰਚਣ ਵਾਲਾ ਤੇ ਦੇਖੋ ਉਸ ਸਮੇਂ ਕਿੰਨੇ ਲੋਕ ਬਿਮਾਰ ਹੁੰਦੇ ਆ। ਜਦ ਦਿੱਲੀ ਵਰਗੇ ਦਿੱਲੀ ਜਿਹੜੀ ਸਾਡੀ ਰਾਜਧਾਨੀ ਆ ਉੱਥੇ ਦਾ ਉਪ ਮੁੱਖ ਮੰਤਰੀ ਇਹ ਗੱਲ ਕਹਿੰਦਾ ਕਿ ਉੱਥੇ ਆਉਣ ਵਾਲੇ ਸਮੇਂ ਚ 5.5 ਲੱਖ ਲੋਕ ਬਿਮਾਰ ਹੋ ਸਕਦੇ ਆ। ਪੰਜਾਬ ਦੇ ਵਿਚ ਵੀ ਹੋ ਸਕਦੇ ਆ ਤੇ ਜਿਹੜੇ ਸਾਡੇ ਹਰਿਆਣੇ ਦੇ ਵਿਚ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਇਸ ਗੱਲ ਕਰਕੇ ਇਹ ਸਮੱਸਿਆ ਬਹੁਤ ਭਿਅੰਕਰ ਰੂਪ ਧਾਰਨ ਕਰ ਰਹੀ ਹੈ। ਇਹ ਲਾਕਡਾਊਨ ਕੁਛ ਥੋੜੇ ਬਹੁਤ ਮਤਲਬ ਰੋਕਥਾਮ ਕਰ ਸਕਦਾ ਪਰ ਇਹ ਸਾਰਾ ਕੁਛ ਸਾਡੇ ਉੱਤੇ ਨਿਰਭਰ ਕਰਦਾ। ਗਦੇ ਕਹਿੰਦੇ ਬਹੁਤ ਵੱਧ ਗਿਆ ਜੀ ਪਾਕਿਸਤਾਨ ਦੇ ਵਿਚ, 80,000 ਤਾਂ ਉਧਰ ਵੀ ਭੇਜੇ ਜਾ ਰਹੇ ਚਾਈਨਾ ਨੂੰ। ਗੱਲ ਇਹ ਹੈ ਕਿ ਜਿਹੜਾ ਪਾਕਿਸਤਾਨ ਹੈ ਉਸਦਾ ਇਹ ਇੱਕ ਅਰਥ ਵਿਵਸਥਾ ਦਾ ਸਹਾਰਾ ਬਣ ਚੁੱਕਾ ਹੈ। ਉਹਦਾ ਜਿਹੜਾ ਉਂਝ ਤਾਂ ਜਿਹੜਾ ਇਹ ਗਧਾ ਹੈ ਇਹ ਪੂਰੇ ਚਾਹੇ ਆਪਾਂ ਏਸ਼ੀਆ ਦੇ ਵਿਚ ਦੇਖਿਆ ਜਾਵੇ ਪੁਰਾਣੇ ਸਮੇਂ ਦੇ ਵਿਚ ਆਰਥਿਕ ਦਾ ਇੱਕ ਬਹੁਤ ਵਧੀਆ ਪਸ਼ੂ ਸੀਗਾ। ਆਮ ਜਿਹੜੀ ਢੋਆ ਢੋਆਈ ਇਹਦਾ ਸਿੱਖ ਹੁੰਦੀ ਸੀਗੀ। ਪਿੰਡਾਂ ਦੇ ਵਿਚ ਦੇਖੋ ਬਹੁਤ ਸਾਰੇ ਜਿਹੜੇ
ਜਿਹੜੇ ਭਾਂਡੇ ਬਣਾਉਂਦੇ ਸੀ ਲੋਕ ਅੰਮ੍ਰਿਤਸਰ ਚ ਤਾਂ ਹਲੇ ਵੀ ਹੈਗੇ ਕੁਛ ਥਾਵਾਂ ਤੇ ਕਿ ਉਹ ਬਾਕੀ ਜਾਨਵਰਾਂ ਦੇ ਨਾਲ ਇੱਕ ਅੱਧਾ ਗਧਾ ਉਹਨਾਂ ਨੇ ਜ਼ਰੂਰ ਰੱਖਿਆ ਹੁੰਦਾ ਸੀ। ਇੱਦਾਂ ਵਾਲੇ ਵੀ ਆਪਣਾ ਸਮਾਨ ਇਹਦੇ ਨਾਲ ਹੀ ਲੱਦ ਲੈਂਦੇ ਆ ਇੱਕ ਦੋ ਹੁੰਦੇ ਆ। ਰੇੜੇ ਇਹਨਾਂ ਦੇ ਨਾਲ ਚਲਾਏ ਜਾਂਦੇ ਸੀਗੇ ਤੇ ਅਫਸੋਸ ਦੀ ਗੱਲ ਇਹ ਹੈ ਕਿ ਇੰਨਾ ਵਧੀਆ ਪਸ਼ੂ ਹੋਣ ਦੇ ਬਾਵਜੂਦ ਲੋਕ ਜਿਹੜਾ ਵੀ ਬੰਦਾ ਮੂਰਤ ਲੱਭਦਾ ਉਹਨੂੰ ਇਹ ਕਹਿੰਦੇ ਸੀ ਗਧਾ। ਪਰ ਇਹ ਹੈ ਕਿ ਇਹ ਬੰਦਾ ਜਿਹੜਾ ਪਸ਼ੂ ਹੈ ਬਹੁਤ ਮਿਹਨਤੀ ਹੈ ਪਰ ਜਿਹੜਾ ਪਾਕਿਸਤਾਨ ਦੇ ਵਿਚ ਇਹ ਇੱਕ ਉਸਦੀ ਆਮਦਨ ਦਾ ਜ਼ਰੀਆ ਬਣ ਚੁੱਕਾ। ਇਸ ਸਮੇਂ ਇਹ ਪਤਾ ਲੱਗਿਆ ਕਿ ਉੱਥੇ ਗਧਿਆਂ ਦੀ ਜਿਹੜੀ ਇਸ ਸਮੇਂ ਪੈਦਾਵਾਰ ਆ ਉਹ 53 ਤੋਂ 55 ਲੱਖ ਦੀ ਹੋ ਚੁੱਕੀ ਹੈ ਤੇ ਚੀਨ ਦੇ ਨਾਲ ਉਸ ਦਾ ਸਮਝੌਤਾ ਹੋਇਆ ਹੈ ਤੇ ਹਰ ਸਾਲ ਉਹ ਉੱਥੇ ਗਧੇ ਉੱਥੇ ਭੇਜਦੇ ਆ ਤੇ ਉਸ ਤੋਂ ਇਹ ਦੱਸਿਆ ਜਾਂਦਾ ਕਿ ਗਧਿਆਂ ਤੋਂ ਹੀ ਕਈ ਕੋਸਮੈਟਿਕ ਦੀਆਂ ਚੀਜ਼ਾਂ ਬਣਦੀਆਂ ਨੇ ਕਈ ਹੋਰ ਚੀਜ਼ਾਂ ਵੀ ਬਣਦੀਆਂ ਨੇ। ਮੈਨੂੰ ਇਹ ਤਾਂ ਨੀ ਦੱਸਦਾ ਵੀ ਇਹ ਢੋਆ ਢੁਆਈ ਵਾਸਤੇ ਜਿਹੜਾ ਹੈਗਾ ਚੀਨ ਲੈਂਦਾ ਹੋਊਗਾ ਇਹਦੇ ਵਾਸਤੇ ਇਹਨਾਂ ਦੇ ਕਿਸੇ ਹੋਰ ਕੰਮਾਂ ਵਾਸਤੇ ਵਰਤੋਂ ਕਰਦਾ ਹੋਊਗਾ ਤੇ ਇਸ ਗੱਲ ਕਰਕੇ ਉਸਨੇ ਪਾਕਿਸਤਾਨ ਦੇ ਨਾਲ ਇਹ ਸਮਝੌਤਾ ਕੀਤਾ ਹੋਇਆ। ਚਲੋ ਖੈਰ ਜਿਸ ਤਰੀਕੇ ਨਾਲ ਪਾਕਿਸਤਾਨ ਦੀ ਅਰਥ ਵਿਵਸਥਾ ਚੱਲ ਰਹੀ ਹੈ ਉਹਦੇ ਵਾਸਤੇ ਇੱਕ ਵਧੀਆ ਸਾਧਨ ਹੋ ਸਕਦਾ ਹੈ। ਬਿਲਕੁਲ ਕੁਛ ਵੀ ਹੋ ਸਕਦਾ। ਚਲੋ ਚੰਗੀ ਗੱਲ ਗਧਾ ਉਹ ਕਹਿੰਦੇ ਸੀ ਨਾ ਮੈਂ ਇੱਕ ਥਾਂ ਪੜਿਆ ਸੀਗਾ ਗਧੇ ਦਾ ਮਤਲਬ ਗੰਭੀਰ ਧਾਰਮਿਕ ਹੁੰਦਾ ਜਿਹੜੇ ਨੇ ਗੱਲ ਮੰਨਣ ਨੂੰ ਹੀ ਨਹੀਂ ਹੁੰਦੀ ਪਰ ਮੈਨੂੰ ਲੱਗਦਾ ਜਿੰਨਾ ਗਧਾ ਸ਼ਰੀਫ ਜਾਨਵਰ ਹੈ ਇੰਨਾ ਕੋਈ ਹੋਰ ਵੀ ਨਹੀਂ ਹੁੰਦਾ ਵਿਚਾਰਾ ਬਹੁਤ ਕੰਮ ਕਰਦਾ ਫਿਰ ਵੀ ਕਹਿੰਦਾ ਜਾ ਤੂੰ ਤਾਂ ਗਧਾ ਹੀ। ਤੇ ਬਈ ਜੀ ਗਾਹਾਂ ਵਾਲੀ ਗੱਲ ਦੱਸਿਓ ਕਿ ਇਮਰਾਨ ਖਾਨ ਹੋਰਾਂ ਨੇ ਭਾਰਤ ਨੇ ਇਮਰਾਨ ਖਾਨ ਦੀ ਪੇਸ਼ਕਸ਼ ਦਾ ਮਖੌਲ ਜਿਹੜਾ ਤਾਂ ਗੱਲ ਇਹ ਹੈ ਕਿ ਇਮਰਾਨ ਖਾਨ ਉਹਨਾਂ ਨੇ ਇੱਕ ਅਹਿਸਾਸ ਪ੍ਰੋਗਰਾਮ ਚਲਾਇਆ ਜੀ ਉਹ ਕੋਰੋਨਾ ਵਾਇਰਸ ਦੇ ਕਰਕੇ ਹੈ। ਉਸ ਪ੍ਰੋਗਰਾਮ ਦਾ ਮਕਸਦ ਇਹੀ ਹੈ ਕਿ ਜਿਹੜੀ ਉੱਥੇ ਗਰੀਬ ਜਨਤਾ ਹੈ ਉਸ ਨੂੰ ਜਿਹੜਾ ਹੈਗਾ ਆਰਥਿਕ ਸਹਾਇਤਾ ਦਿੱਤੀ ਜਾਵੇ। ਜਿਸ ਤਰੀਕੇ ਨਾਲ ਮੋਦੀ ਸਾਹਿਬ ਨੇ ਵੀ ਐਲਾਨ ਕੀਤਾ ਹੈ ਕਿ ਜਿਹੜਾ ਕੋਰੋਨਾ ਦੇ ਦੌਰਾਨ ਜਿਹੜੇ ਗਰੀਬ ਜਨਤਾ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਟੈਕਸ ਜਾਣਗੇ ਤੇ ਉਸ ਜੋ ਕਿ ਪਾਕਿਸਤਾਨ ਨੇ ਪ੍ਰੋਗਰਾਮ ਚਲਾਇਆ ਉਸਦੀ ਕੌਮਾਂਤਰੀ ਲੈਵਲ ਦੇ ਉੱਤੇ ਕਾਫ਼ੀ ਪ੍ਰਸ਼ੰਸਾ ਹੋਈ ਹੈ। ਉਸ ਇਸ ਅਹਿਸਾਸ ਪ੍ਰੋਗਰਾਮ ਦੇ ਨਾਲ 12,000 ਰੁਪਏ ਇੱਕ ਪਰਿਵਾਰ ਨੂੰ ਦਿੱਤਾ ਜਾਂਦਾ ਮਦਦ ਦੇ ਵਾਸਤੇ ਤੇ ਇਸ ਗੱਲ ਕਰਕੇ ਉਹਨਾਂ ਨੇ ਆਪਣਾ ਇੱਕ ਟਵੀਟ ਕੀਤਾ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਭਾਰਤ ਦੇ 34% ਲੋਕ ਉਹ ਭੁੱਖਮਰੀ ਦਾ ਸ਼ਿਕਾਰ ਹੋਏ ਹੋਏ ਤੇ ਇਸ ਗੱਲ ਕਰਕੇ ਮੈਂ ਉਹਨਾਂ ਦੀ ਸਹਾਇਤਾ ਕਰਨਾ ਚਾਹੁੰਦਾ ਵੀ ਜਿਸ ਤਰੀਕੇ ਨਾਲ ਜਿਹੜਾ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਸਾਡੇ ਵੱਲੋਂ ਉਹੋ ਜਿਹਾ ਪ੍ਰੋਗਰਾਮ ਭਾਰਤ ਨੂੰ ਵੀ ਚਲਾਉਣਾ ਚਾਹੀਦਾ ਉਸੇ ਤਰੀਕੇ ਦੇ ਨਾਲ ਤੇ ਭਾਰਤ ਨੇ ਇਸ ਗੱਲ ਦੀ ਜਿਹੜੀ ਆਲੋਚਨਾ ਕੀਤੀ ਆ ਉਹਨਾਂ ਦੀ ਪੇਸ਼ਕਸ਼ ਨੂੰ ਕਰਾ ਦਿੱਤਾ ਹੈ। ਉਹਦਾ ਕਹਿਣਾ ਹੈ ਕਿ ਸਾਡਾ ਬਜਟ ਕਿੱਥੇ ਆ ਸਾਡੀ ਜਨਤਾ ਕਿੰਨੀ ਹੈ ਤੁਹਾਡੀ ਜਨਤਾ ਥੋੜੀ ਹੈ ਤੁਸੀਂ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਸਹਾਇਤਾ ਪਰ ਸਾਡੇ ਅਸੀਂ ਨਹੀਂ ਕਰ ਸਕਦੇ। ਇਹ ਇੱਕ ਜਿਹੜਾ ਹੈਗਾ ਬੇਸ਼ਕ ਆਪਾਂ ਪੇਸ਼ਕਸ਼ ਕਰਾ ਦਿੱਤੀ ਹੈ ਪਰ ਸਾਨੂੰ ਇਹ ਵੀ ਚੀਜ਼ ਸਿੱਖਣੀ ਚਾਹੀਦੀ ਹੈ ਕਿ ਜੇ ਕੋਈ ਚੀਜ਼ ਚੰਗੀ ਹੈ ਤਾਂ ਉਸਨੂੰ ਅਪਣਾ ਲੈਣਾ ਚਾਹੀਦਾ ਤੇ ਜਿਵੇਂ ਸਿੱਧੂ ਸਾਹਿਬ ਪਿਛਲੇ ਸਮੇਂ ਦੌਰਾਨ ਆਪਾਂ ਟਿੱਡੀ ਦਲ ਦੀ ਗੱਲ ਕੀਤੀ ਸੀਗੀ ਤਾਂ ਉਹਦੇ ਵਿੱਚ ਵੀ ਜਿਹੜਾ ਪਾਕਿਸਤਾਨ ਨੇ ਇੱਕ ਪ੍ਰੋਗਰਾਮ ਬਣਾਇਆ ਸੀਗਾ ਕਿ ਜੇਕਰ ਜਦੋਂ ਟਿੱਡੀ ਦਲ ਆਉਂਦਾ ਉਸ ਨੂੰ ਫੜ ਲਓ ਉਹਨੂੰ ਫੜ ਕੇ ਜਿਹੜਾ ਹੈ ਇਕੱਠਾ ਕਰਕੇ ਮੁਰਗੀ ਵਾਲਿਆਂ ਨੂੰ ਦਓ ਤੇ ਉੱਥੇ ਸਰਕਾਰ ਖੁਦ 20 ਰੁਪਏ ਕਿਲੋ ਖਰੀਦ ਰਹੀ ਹੈ ਤੇ ਆਰ ਐਸ ਐਸ ਦੀ ਜਿਹੜੀ ਜਥੇਬੰਦੀ ਆ ਉਹਨੇ ਕਿਹਾ ਸੀਗਾ ਵੀ ਸਾਨੂੰ ਇਮਰਾਨ ਖਾਨ ਉਹਨਾਂ ਦਾ ਰਿਲੀਜ਼ ਕਰਨੀ ਚਾਹੀਦੀ ਹੈ ਵੀ ਟਿੱਡੀਆਂ ਨੂੰ ਇਸੇ ਤਰੀਕੇ ਨਾਲ ਫੜ ਲੈਣਾ ਚਾਹੀਦਾ ਪਰ ਇਹ ਹਕੀਕਤ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉੱਥੇ ਦੇ ਇੱਕ ਚੈਨਲ ਨੇ ਰਿਪੋਰਟ ਵੀ ਚਲਾਈ ਹੈ ਕਿ ਉਹ ਵਿਚਾਰੇ ਟਿੱਡੀ ਦਲ ਨੂੰ ਤਾਂ ਫੜਦੇ ਸੀਗੇ ਤੇ ਫੜ ਕੇ ਉਹਨਾਂ ਨੂੰ ਵੇਚਿਆ ਵੀ ਪਰ ਟਿੱਡੀ ਦਲ ਉਹਨਾਂ ਦਾ 2 ਲੱਖ ਦਾ ਨੁਕਸਾਨ ਕਰਕੇ 50,000 ਦਾ ਟਿੱਡੀ ਦਲ ਵੇਚਿਆ ਪਰ ਉਹ ਜਿਹੜੀ ਸਕੀਮ ਹੈ ਕੋਈ ਫਾਇਦੇਮੰਦ ਸਾਬਤ ਨਹੀਂ ਹੋਈ ਸੀਗੀ। ਸੋ ਕੌਣ ਕਿੰਨਾ ਫਾਇਦੇਮੰਦ ਸਾਬਤ ਹੁੰਦਾ ਇਹ ਤਾਂ ਦੱਸੂਗਾ ਜੀ ਸਮਾਂ ਤੇ ਆਪਾਂ ਗਾਹਾਂ ਵਾਲੀ ਗੱਲ ਵੱਲ ਵੀ ਵਧੀਏ ਇੱਥੋਂ ਕੀ ਨਿਕਲਦਾ ਮਜ਼ਦੂਰਾਂ ਦੀ ਭਾਰੀ ਕਮੀ ਹੈ ਜੀ ਇਸ ਵਕਤ ਕਹਿੰਦੇ ਇੰਡਸਟਰੀ ਦੇ ਵਿੱਚ ਤੇ ਖੇਤੀ ਵਾਲੇ ਪਾਸੇ ਵੀ। ਹਾਂ ਦੇਖੋ ਸਿੱਧੂ ਸਾਹਿਬ ਜਦੋਂ ਦਾ ਕੋਰੋਨਾ ਵਾਇਰਸ ਦਾ ਪ੍ਰਕੋਪ ਚੱਲਿਆ ਤੇ ਸਾਰੇ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਵਿਕਸਿਤ ਸੂਬੇ ਨੇ ਉਸ ਤੋਂ ਜਿਹੜੀ
जनता है जो मतलब मजदूर वर्ग है वह अपने अपने सूबियां चलिया गया। उस समय उद्योगपतियां ने होर कारोबारियां ने अपने किसानों ने यह नहीं सोचा कि जेकर असी इन्हों तो कम लेना तो इन्हों की सहायता करनी चाहिए है, पर उस समय किसी ने इन्हों की सहायता नहीं की। बेचारे अपने अपने सूबे चले गए। हूं इन मजदूर की भारी कमी देखी जा रही है। असी आप पंजाब की गल करते हैं, इतनी खेतीबाड़ी जी है झोना लाने के दिक्कत आ रही ने, उस तरीके जे उद्योग ने इन करके चलन नहीं कर रहे है। घट मतलब मजदूर होने करके प्रोडक्शन उन्नी नहीं हो रही है। इस गल करके जेडे है जे उद्योगपतियां ने कहा है कि सरकार चाहिए है कि वो तो वेल गड्डिया चला तो आवाजाई के साधन पैदा कर जो जेडे है इना मजदूर इतने लिया जा सके, जिन्हें पंजाब लिया जा सके, साडे उद्योग चल सकन, साडी खेतीबाड़ी भी वधिया मतलब खेतीबाड़ी भी उन्हों का सहारा मिल सके। पर अफसोस यह है कि हाले जिहड़ा है लॉक जो जो समस्या वधदी जा रही है, मजदूर खुद भी वापस नहीं आ रहे है, सरकार रेल गड्डिया भी पूरी नहीं चला रही है, आवाजाई भी पूरी नहीं चल रही है। इस गल करके जिहड़ा है साडी खेतीबाड़ी लई भी समस्या, साडे उद्योगों लई भी बड़ी समस्या खड़ी हो चुकी है जी। और यही समस्या जी साडे वास्ते वड्डी समस्या जी। और असी लै लीए ब्रेक, ब्रेक तो बाद अगली गल करते हैं। सो सज्जनों कुछ ही पलों तो बाद फिर मिलते हैं इसे प्लेटफार्म ते। सुनते रहो रेडियो चैनल पर। इसी ब्रेक तो बाद आपां सांझ पावांगे वड्डियां खबरां दी। हाजरा जी ब्रेक तो बाद एक बार फिर ते गल करिए आपां अगली। इस विच ਇਹ ਗੱਲ ਬਾਈ ਜੀ ਸਾਹਮਣੇ ਆ ਰਹੀ ਹੈ ਕਿ 350 ਕਰੋੜ ਦਾ ਵਿਕ ਗਿਆ ਬੀਜ ਤੇ ਘਟਾਲਾ ਹੋ ਗਿਆ 4000 ਕਰੋੜ ਦਾ। ਕਿਵੇਂ ਬਾਦਲ ਤੇ ਮਜੀਠੀਆ ਸਪਸ਼ਟ ਕਰਕੇ ਦੱਸਣ। ਗੱਲ ਇਹ ਹੈ ਕਿ ਪਿਛਲੇ ਦਿਨੀ ਇੱਕ ਇਹ ਘਟਾਲੇ ਦੀ ਗੱਲ ਹੋ ਰਹੀ ਸੀਗੀ ਕਿ ਯੂਨੀਵਰਸਿਟੀ ਦੇ ਵਿਚ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਹੈ ਉਸ ਨੇ ਕੁਛ ਬੀਜਾਂ ਨੂੰ ਹਾਲੇ ਅਪਰੂਵਲ ਨਹੀਂ ਦਿੱਤੀ ਸੀਗੀ, ਹਾਲੇ ਟੈਸਟ ਦੇ ਤੌਰ ਤੇ ਇਹ ਦਿੱਤਾ ਜਾ ਰਿਹਾ ਸੀਗਾ, ਪਰ ਕੁਛ ਬੰਦਿਆਂ ਨੇ ਉਹਨਾਂ ਬੀਜਾਂ ਨੂੰ ਪਹਿਲਾਂ ਹੀ ਮਹਿੰਗੇ ਭਾਅ ਦੇ ਉੱਤੇ ਵੇਚ ਦਿੱਤਾ ਤੇ ਇਹ ਘਟਾਲੇ ਦੀ ਜਿਹੜੀ ਹੈ ਅਕਾਲੀ ਦਲ ਨੇ ਬਹੁਤ ਉੱਚੀ ਆਵਾਜ਼ ਦੇ ਵਿਚ ਗੱਲ ਕੀਤੀ ਕਿ ਇਸ ਦੇ ਮੰਤਰੀ ਜਿਹੜੇ ਹੈਗੇ ਸ਼ਾਮਲ ਨੇ ਤੇ ਉਹਨਾਂ ਜਿਹੜੇ ਅਕਾਲੀ ਲੀਡਰ ਸੀ ਖਾਲਸਾ ਦੇ ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਇਹ ਗੱਲ ਕਹੀ ਕਿ ਇਹ ਘਟਾਲਾ ਛੋਟਾ ਨਹੀਂ ਹੈ, 4000 ਕਰੋੜ ਰੁਪਏ ਦਾ। ਤੇ ਅੱਜ ਉਸ ਸੰਬੰਧ ਵਿਚ ਜਿਹੜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੈ ਉਨ੍ਹਾਂ ਨੇ ਇਹ ਸਵਾਲ ਕੀਤਾ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਦੀ ਮਜੀਠੀਆ ਨੂੰ ਕਿ ਜਿਹੜਾ ਇਹ ਬੀਜ ਤਾਂ ਸਿਰਫ 350 ਕਰੋੜ ਦਾ ਵਿਕਿਆ ਤੇ ਤੁਸੀਂ ਕਹਿ ਰਹੇ ਹੋ ਇਹ 4000 ਕਰੋੜ ਦਾ, ਤੇ ਗੱਲ ਇਹ ਵੀ ਹੈ ਕਿ ਜਿਹੜੇ ਇਹ ਘੁਟਾਲਾ ਕਿੰਨੇ ਦਾ, ਤੇ ਕਈ ਵਾਰ ਇਹ ਦੇਖਿਆ ਗਿਆ ਕਿ ਗੱਲ ਸਵਾਂ ਦੀ ਹੁੰਦੀ ਹੈ ਤੇ ਬਾਅਦ ਵਿਚ ਘੁਟਾਲੇ ਜਿਹੜੇ ਕਰੋੜਾਂ ਦੇ ਨਿਕਲ ਆਉਂਦੇ। ਕਈ ਵਾਰ ਆਪਾਂ ਕਈ ਕਰੋੜਾਂ ਦੀ ਗੱਲ ਕਰਦੇ ਹਾਂ ਵੀ ਘੁਟਾਲਾ ਇੰਨਾ ਹੋਇਆ ਤੇ ਘੁਟਾਲੇ ਨਿਕਲਦੇ ਹਜ਼ਾਰਾਂ ਦੇ ਵਿਚ ਹੈ, ਪਰ ਇਹ ਗੱਲ ਸਹੀ ਹੈ ਕਿ ਇਹ ਘੁਟਾਲਾ ਹੋਇਆ ਹੈ। ਘੁਟਾਲਾ ਹੋਣ ਦੇ ਵਿਚ ਚਾਹੇ ਆਪਾਂ ਅਧਿਕਾਰੀ ਸ਼ਾਮਲ ਕਹਿ ਲਈਏ, ਚਾਹੇ ਸਿਆਸੀ ਲੀਡਰ ਸ਼ਾਮਲ ਹੋ, ਤੇ ਇਹ ਘੁਟਾਲੇ ਅਕਾਲੀਆਂ ਦੇ ਹੁੰਦੇ ਮੌਕੇ ਵੀ ਹੁੰਦੇ ਰਹੇ ਆ ਤੇ ਇਹ ਕਾਂਗਰਸ ਦੇ ਮੌਕੇ ਵੀ ਹੁੰਦੇ ਆ, ਪਰ ਇਸ ਦਾ ਕੌਣ ਹੈ? ਕਿਸਾਨ। ਕਿਸਾਨ ਦੇ ਨਾਲ ਇਹ ਧੋਖਾ ਹੋ ਰਿਹਾ ਤੇ ਇਸ ਸੰਬੰਧ ਦੇ ਵਿਚ ਸਾਡੀ ਸਿਆਸੀ ਪਾਰਟੀਆਂ ਬਿਲਕੁਲ ਵਿਚਾਰਦੀਆਂ ਨਹੀਂ ਹੈਗੀਆਂ ਤੇ ਜਦ ਜਿਹਦੇ ਹੱਥ ਵਿਚ ਸੱਤਾ ਹੁੰਦੀ ਹੈ ਉਹ ਲੁੱਟ ਮਾਰ ਕਰਦੇ ਰਹਿੰਦੇ ਆ, ਤੇ ਉਹ ਸਿਰਫ ਕਿਸਾਨਾਂ ਨਾਲ ਨਹੀਂ ਹੋਰਾਂ ਨਾਲ ਵੀ ਕਰਦੇ ਰਹਿੰਦੇ ਆ ਤੇ ਆਮ ਜਨਤਾ ਨਾਲ ਵੀ ਹੁੰਦੀ ਰਹਿੰਦੀ ਹੈ, ਤੇ ਇਹ ਘੁਟਾਲਾ ਤਾਂ ਹੋਇਆ ਤੇ ਇਸ ਸੰਬੰਧ ਵਿਚ ਜਿਹੜੀ ਜਾਂਚ ਹੋ ਰਹੀ ਹੈ ਉਹ ਜ਼ਿਆਦਾ ਅਲੱਗ ਹੈ, ਪਰ ਇਹ ਰਕਮ ਦੀ ਗੱਲ ਵੀ ਹੈ। ਗੱਲ ਤਾਂ ਇਹ ਹੈ ਕਿ ਜਿਹੜੇ ਲੋਕਾਂ ਨੇ ਜਿਨ੍ਹਾਂ ਨੇ ਇਹ ਬੀਜ ਵੇਚਿਆ ਜਾਂ ਜਿਹੜਿਆਂ ਨੇ ਲੋਕਾਂ ਨੇ ਉਸ ਬੰਦੇ ਨੂੰ ਸ਼ਹਿ ਦਿੱਤੀ, ਅਸਲ ਗੱਲ ਦਾ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਪ੍ਰਸ਼ਨ ਚਿੰਨ ਲੱਗਦਾ
ਇਹ ਸਾਡੀ ਪੰਜਾਬ ਸਰਕਾਰ ਦੇ ਕਾਰਗੁਜ਼ਾਰੀ ਉੱਤੇ ਵੀ ਪ੍ਰਸ਼ਨ ਚਿੰਨ ਲੱਗ ਰਿਹਾ ਕਿਉਂਕਿ ਇੱਥੇ ਲਗਾਤਾਰ ਘੁਟਾਲੇ ਸਾਹਮਣੇ ਆ ਰਹੇ ਨੇ, ਕਦੇ ਸ਼ਰਾਬ ਦਾ ਘੁਟਾਲਾ, ਕਦੇ ਕਿਸੇ ਹੋਰ ਚੀਜ਼ ਦਾ ਘੁਟਾਲਾ, ਤੇ ਕੱਲ ਇੱਕ ਹੋਰ ਸੀਗਾ ਜਿਹੜੀ ਇਹ ਸੜਕ ਬਣ ਜਾ ਰਹੀ ਹੈ ਤੇ ਉਹਦੇ ਵਿੱਚ ਵੀ ਘੁਟਾਲੇਬਾਜ਼ੀ ਹੋ ਰਹੀ ਹੈ, ਉਹਦੇ ਵਿੱਚ ਇੱਕ ਮੰਤਰੀ ਦਾ ਨਾਂ ਆ ਰਿਹਾ ਤੇ ਇਸ ਗੱਲ ਕਰਕੇ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਰਕਾਰ ਨੂੰ ਬਹੁਤ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਪਊਗਾ। ਜਦ ਪੈਸੇ ਦੀ ਗੱਲ ਇਹ ਹੈ ਵੀ ਭ੍ਰਿਸ਼ਟਾਚਾਰ ਦੀ ਹੈ ਜੀ। ਅਗਲੀ ਗੱਲ ਕਰਿਓ ਜੀ ਖਬਰ ਸਾਰ ਦੀ, ਇਹਦੇ ਚ ਨੇਪਾਲ ਦੇ ਵਿਚ ਜਿਹੜੀ ਗੋਲੀ ਚਲਾਈ ਆ ਪੁਲਿਸ ਨੇ ਤੇ ਵੱਜੀ ਹੈ ਜੀ ਭਾਰਤੀ ਇੱਕ ਵਿਅਕਤੀ ਦੇ, ਕਾਰਨ ਕੀ? ਗੱਲ ਇਹ ਹੈ ਕਿ ਜਿਸ ਤਰੀਕੇ ਆਪਾਂ ਪਿਛਲੇ ਕਾਫੀ ਸਮੇਂ ਤੋਂ ਦੇਖ ਰਹੇ ਹਾਂ ਕਿ ਭਾਰਤ ਦੇ ਨੇਪਾਲ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਤੇ ਪਿੱਛੇ ਜੇ ਖਬਰ ਵੀ ਆਈ ਸੀਗੀ ਕਿ ਅੱਗੇ ਜਿਹੜੀ ਨੇਪਾਲ ਤੇ ਭਾਰਤ ਦਾ ਜਿਹੜਾ ਬਾਰਡਰ ਹੁੰਦਾ ਸੀ ਖੁੱਲਾ ਹੀ ਰਹਿੰਦਾ ਸੀਗਾ ਤੇ ਹੁਣ ਉਸ ਨੇ ਆਪਣੀਆਂ ਫੌਜਾਂ ਉੱਥੇ ਲਾ ਦਿੱਤੀਆਂ ਨੇ। ਇਹਦਾ ਕਾਰਨ ਇਹ ਹੈ ਕਿ ਜਿਹੜੇ ਇਹ ਲੋਕ ਨੇ ਆਪਣੇ ਭਾਰਤੀ ਉੱਥੇ ਆ ਜਾ ਨਾ ਸਕਣ ਤੇ ਇਹ ਇੱਕ ਪਹਿਲੀ ਵਾਰ ਹੋਇਆ ਕਿ ਐਡੀ ਵੱਡੀ ਘਟਨਾ ਵਾਪਰੀ ਹੈ। ਕਦੇ ਸਰਹੱਦ ਦੇ ਉੱਤੇ ਨੇਪਾਲ ਦੇ ਨਾਲ ਗੋਲੀਬਾਰੀ ਨਹੀਂ ਹੋਈ ਹੈਗੀ ਤੇ ਇਸ ਜਿਹੜਾ ਇਹ ਘਟਨਾ ਵਾਪਰੀ ਹੈ ਇਹ ਤਣਾਅ ਦਾ ਰੂਪ ਵੀ ਲੈ ਸਕਦੀ ਹੈ। ਉਹਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਨੇਪਾਲੀ ਅੱਜ ਤੋਂ ਨਹੀਂ ਦਹਾਕਿਆਂ ਤੋਂ ਹਿੰਦੁਸਤਾਨ ਦੇ ਵਿੱਚ ਕੰਮ ਕਰਦੇ ਆ। ਤੁਸੀਂ ਪੰਜਾਬ ਦੇ ਵਿੱਚ ਵੀ ਦੇਖੋਗੇ ਬਹੁਤ ਸਾਰੇ ਨੇਪਾਲੀ ਕੰਮ ਕਰ ਰਹੇ ਨੇ ਤੇ ਜੇਕਰ ਇਹੀ ਜਿਹੀ ਗੱਲ ਨੂੰ ਕੋਈ ਤੂਲ ਫੜ ਜਾਵੇ ਇਹ ਗੱਲ ਤੇ ਉਹ ਨੇਪਾਲੀਆਂ ਦੇ ਖਿਲਾਫ ਗੁੱਸਾ ਨਿਕਲ ਆਵੇ ਕਿ ਜਦੋਂ ਨੇਪਾਲ ਸਰਕਾਰ ਜਿਹੜੇ ਕੰਮ ਕਰ ਰਹੀ ਹੈ ਤੇ ਉਹਦੇ ਨਾਲ ਕਾਫੀ ਸਮੱਸਿਆ ਖੜੀ ਹੋ ਜਾਂਦੀ ਹੈ। ਆਪਾਂ ਪਿਛਲੇ ਸਮੇਂ ਦੌਰਾਨ ਦੇਖਿਆ ਕਿ ਜਦੋਂ ਕਸ਼ਮੀਰ ਦੇ ਵਿੱਚ ਧਾਰਾ 370 ਖਤਮ ਕੀਤੀ ਗਈ ਤਾਂ ਇੱਥੇ ਕੱਠੜ ਹਿੰਦੂ ਪੰਥੀ ਜਿਹੜੇ ਲੋਕ ਸੀਗੇ ਉਹ ਕਸ਼ਮੀਰੀਆਂ ਦੇ ਗਲ ਪੈਣੇ ਸ਼ੁਰੂ ਹੋ ਗਏ ਸੀਗੇ ਤਾਂ ਬਹੁਤ ਸਾਰੇ ਕਸ਼ਮੀਰੀ ਜਿਹੜੇ ਬੱਚੇ ਸੀਗੇ ਉਹ ਥਾਂ ਥਾਂ ਤੇ ਪੜ੍ਹਨ ਗਏ ਹੋਏ ਸੀਗੇ ਉਹਨਾਂ ਨੂੰ ਆਪਣੇ ਘਰ ਵਾਪਸ ਪਰਤਣਾ ਪਿਆ ਤੇ ਉਹਨਾਂ ਦੇ ਕਈਆਂ ਦੇ ਉੱਤੇ ਕਈ ਵਾਰ ਹਮਲੇ ਵੀ ਹੋ ਗਏ ਤੇ ਇਸ ਗੱਲ ਕਰਕੇ ਚਾਹੇ ਅਸੀਂ ਇਹ ਤਾਂ ਨੀ ਚਾਹੁੰਦੇ ਸੀਗੇ ਨੇਪਾਲੀ ਗਰੀਬ ਲੋਕ ਨੇ ਉਹ ਵਿਚਾਰੇ ਦਿਹਾੜੀਆਂ ਕਰਦੇ ਨੇ ਇੱਥੇ ਆ ਕੇ ਲੋਕਾਂ ਦੇ ਘਰਾਂ ਦੇ ਵਿੱਚ ਰੋਟੀਆਂ ਪਕਾਉਂਦੇ ਨੇ ਕੋਈ ਸਫਾਈਆਂ ਕਰਦੇ ਆ ਤੇ ਇਸ ਗੱਲ ਕਰਕੇ ਜਿਹੜਾ ਨੇਪਾਲ ਵੱਲੋਂ ਇਹ ਨਵੇਂ ਕੰਮ ਕੀਤੇ ਜਾ ਰਹੇ ਨੇ ਇਹ ਸਾਰੇ ਦੇ ਸਾਰੇ ਚੀਨ ਦੀ ਸ਼ਹਿ ਉੱਤੇ ਕੀਤੇ ਜਾ ਰਹੇ ਨੇ। ਚੀਨ ਜਿਹੜਾ ਹੈਗਾ ਭਾਰਤ ਨੂੰ ਕਈ ਪਾਸਿਆਂ ਤੋਂ ਘੇਰਨਾ ਚਾਹੁੰਦਾ ਹੈ। ਇੱਕ ਪਾਸੇ ਪਾਕਿਸਤਾਨ ਨੂੰ ਉਹ ਸ਼ਹਿ ਦਿੰਦਾ, ਦੂਜੇ ਪਾਸੇ ਹੁਣ ਨੇਪਾਲ ਨੂੰ ਸ਼ਹਿ ਦੇਣ ਲੱਗੇ ਕਿਉਂਕਿ ਨੇਪਾਲ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਖੱਬੀ ਪੱਖੀ ਸੋਚ ਵਾਲੀ ਹੈ ਤੇ ਇਸੇ ਤਰੀਕੇ ਨਾਲ ਪਹਿਲਾਂ ਉਹ ਮਿਆਂਮਾਰ ਨੂੰ ਵੀ ਸ਼ਹਿ ਦਿੰਦਾ ਰਿਹਾ, ਸ੍ਰੀਲੰਕਾ ਨੂੰ ਵੀ ਸ਼ਹਿ ਦਿੰਦਾ ਰਿਹਾ। ਇਸ ਗੱਲ ਕਰਕੇ ਉਹ ਭਾਰਤ ਨੂੰ ਇਹ ਦੀ ਘੇਰਾਬੰਦੀ ਕਰਦਾ ਰਹਿਣਾ ਤੇ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਕਿਤੇ ਵੱਡਾ ਤਣਾਅ ਦਾ ਰੂਪ ਨਾ ਧਾਰਨ ਕਰੇ। ਪਰ ਇਹ ਹੈ ਕਿ ਭਾਰਤ ਦੀ ਜਿਹੜੀ ਸਰਕਾਰ ਹੈ ਉਹ ਬੜੀ ਪਰਿਪੱਕ ਹੈ, ਉਹਨੂੰ ਪਤਾ ਹੈ ਕਿ ਗਵਾਂਢੀਆਂ ਦੇ ਨਾਲ ਕਿਵੇਂ ਨਜਿੱਠਣਾ ਚਾਹੀਦਾ ਤੇ ਉਹ ਲੱਗਦਾ ਇਹ ਹੈ ਕਿ ਜਿਹੜੀ ਦੋਨੇ ਸਰਕਾਰਾਂ ਨੇ ਆਪਸ ਦੇ ਵਿੱਚ ਗੱਲਬਾਤ ਕਰਕੇ ਅਜਿਹੇ ਜਿਹੜੀ ਛੋਟੇ ਜਿਹੇ ਇੰਸੀਡੈਂਟ ਜਿਹੜੀ ਇਹ ਘਟਨਾ ਵਾਪਰੀ ਹੈ ਉਸ ਨੂੰ ਵੱਡਾ ਰੂਪ ਧਾਰਨ ਨਹੀਂ ਕਰਨ ਦਊਗੀ ਤੇ ਇਹ ਚੰਗੀ ਗੱਲ ਇਹ ਹੋਊਗੀ ਕਿ ਜਿਹੜੀਆਂ ਸਮੱਸਿਆ ਸਰਹੱਦ ਨੂੰ ਲੈ ਕੇ ਸਾਡੇ ਆਪਸ ਦੇ ਵਿੱਚ ਟਕਰਾਓ ਪੈਦਾ ਹੋਇਆ ਉਹ ਗੱਲਬਾਤ ਦੇ ਨਾਲ ਹੀ ਹੱਲ ਕਰ ਲਿਆ ਜਾਵੇ। ਜਿਵੇਂ ਕਿ ਭਾਰਤ ਤੇ ਚੀਨ ਵਿਚਾਲੇ ਵੱਡਾ ਤਣਾਅ ਪੈਦਾ ਹੋਇਆ ਸੀਗਾ ਉਹ ਵੀ ਅਸੀਂ ਗੱਲਬਾਤ ਰਾਹੀਂ ਹੱਲ ਕਰ ਰਹੇ ਹਾਂ ਤੇ ਇਹ ਵੀ ਨੇਪਾਲ ਦੇ ਨਾਲ ਵੀ ਇਸ ਤਰੀਕੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ। ਅਸ਼ੋਕ ਗਹਿਲੋਤ ਹੋਰੇ ਕਹਿੰਦੇ ਕਿ 2 ਮਹੀਨੇ ਪਹਿਲਾਂ ਕਰਾਈਆਂ ਜਾ ਸਕਦੀਆਂ ਸੀ ਰਾਜ ਸਭਾ ਦੀਆਂ ਚੋਣਾਂ। ਗੱਲ ਇਹ ਹੈ ਕਿ ਅੱਜ ਕੱਲ ਜਿਹੜੇ ਅਸ਼ੋਕ ਗਹਿਲੋਤ ਨੇ ਮੀਡੀਆ ਦੇ ਵਿੱਚ ਬਹੁਤ ਆ ਰਹੇ ਨੇ, ਉਹ ਰਾਜਸਥਾਨ ਦੇ ਮੁੱਖ ਮੰਤਰੀ ਨੇ। ਉੱਥੇ 19 ਜੂਨ ਨੂੰ ਰਾਜ ਸਭਾ ਦੀਆਂ ਚੋਣਾਂ ਹੋਣਗੀਆਂ ਨੇ, ਰਾਜ ਸਭਾ ਦੀ ਚੋਣਾਂ ਹੋਣਗੀਆਂ ਨੇ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਆਪਣੇ ਆਪ ਨੂੰ ਬੜੀ ਸਿਧਾਂਤਵਾਦੀ ਪਾਰਟੀ ਕਹਾਉਂਦੀ ਸੀਗੀ ਅੱਜ ਕੱਲ ਖਰੀਦੋ ਫਰੋਖਤ ਦੇ ਉੱਤੇ ਲੱਗੀ ਹੋਈ ਹੈ। ਉਸਨੇ ਪਹਿਲਾਂ ਗੁਜਰਾਤ ਦੇ ਵਿੱਚ 3 MLA ਕਾਂਗਰਸ ਦੇ ਖਰੀਦੇ ਤੇ ਉਹਨਾਂ ਨੇ ਤੁਹਾਨੂੰ ਪਤਾ ਹੀ ਹੈ ਕਿ ਅਸਤੀਫੇ ਦਿੱਤੇ। ਇਸੇ ਤਰੀਕੇ ਦੇ ਨਾਲ ਇਹ ਗੱਲ ਸਾਹਮਣੇ ਆਈ ਹੈ, ਗਹਿਲੋਤ ਉਹਨਾਂ ਨੇ ਇਸ ਗੱਲ ਦਾ ਇਕਸ਼ਾਫ ਕੀਤਾ ਕਿ MLA ਨੂੰ 25 ਤੋਂ 30 ਕਰੋੜ ਰੁਪਇਆ ਦਿੱਤਾ ਜਾ ਰਿਹਾ, ਇਸ ਤੋਂ ਵੱਧ ਵੀ ਰਕਮ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਕਾਂਗਰਸ ਤੋਂ ਅਸਤੀਫਾ ਦੇ ਦੇਣ।
ਇਸ ਦਾ ਮਕਸਦ ਇਹ ਹੈ ਕਿ ਉੱਥੇ ਤਿੰਨ ਜਿਹੜੇ ਮੈਂਬਰ ਪਾਰਲੀਮੈਂਟ ਦੇ ਚੁਣੇ ਜਾਣੇ ਆ, ਰਾਜ ਸਭਾ ਦੇ ਮੈਂਬਰ ਚੁਣੇ ਆ, ਉਹਦੇ ਵਿਚੋਂ ਦੋ ਮੈਂਬਰ ਕਾਂਗਰਸ ਦੇ ਚੁਣੇ ਜਾਣਗੇ, ਇੱਕ ਭਾਜਪਾ ਦਾ ਚੁਣੇ ਜਾਂਦਾ ਉੱਥੇ ਦੇ ਐਮ ਐਲ ਏ ਦੇ ਗਿਣਤੀ ਦੇ ਅਨੁਸਾਰ। ਜੇਕਰ ਭਾਰਤੀ ਜਨਤਾ ਪਾਰਟੀ ਵੱਧ ਤੋਂ ਵੱਧ ਐਮ ਐਲ ਏ ਤੋੜ ਲੈਂਦੀ ਹੈ ਤਾਂ ਉਸਦਾ ਮੈਂਬਰ ਵੱਧ ਸਕਦੇ ਆ। ਰਾਜ ਸਭਾ ਦੇ ਵਿਚ ਭਾਰਤੀ ਜਨਤਾ ਪਾਰਟੀ ਦਾ ਬਹੁਮਤ ਨਹੀਂ ਹੈਗਾ ਤੇ ਇਸ ਗੱਲ ਕਰਕੇ ਕਈ ਵਾਰ ਜਿਹੜੇ ਬਿੱਲ ਪਾਸ ਕਰਾਉਣੇ ਹੁੰਦੇ ਆ ਉਸ ਦੇ ਲਈ ਉਸ ਨੂੰ ਕਈ ਤਰ੍ਹਾਂ ਜਿਹੜੇ ਜੁਗਾੜਬੰਦੀ ਲਾਉਣੀ ਪੈਂਦੀ ਹੈ ਦੂਜੀਆਂ ਪਾਰਟੀਆਂ ਨੂੰ ਨਾਲ ਜੋੜ ਕੇ। ਉਹ ਚਾਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਰਾਜ ਸਭਾ ਦੇ ਵਿਚ ਵੀ ਉਸ ਦੀ ਪੂਰਾ ਜਿਹੜਾ ਹੈਗਾ ਬਹੁਮਤ ਹੋ ਜਾਵੇ ਤੇ ਉਹ ਹਰੇਕ ਤਰ੍ਹਾਂ ਦਾ ਜਿਹੜਾ ਵੀ ਚਾਹੋ ਬਿੱਲ ਉਹ ਰਾਜ ਸਭਾ ਦੇ ਵਿਚ ਪਾਸ ਕਰ ਲਵੇ। ਸੋਰੀ, ਤੇ ਇਸ ਗੱਲ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਹੁਣ ਉਸ ਦੇ ਉੱਤੇ ਇਹ ਦੋਸ਼ ਵੀ ਲੱਗ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ, ਚਾਹੇ ਗ੍ਰਹਿ ਮੰਤਰੀ ਹੋਣ, ਚਾਹੇ ਹੋਰ ਮੰਤਰੀ ਹੋਣ, ਉਹਨਾਂ ਨੂੰ ਕੋਰੋਨਾ ਦੇ ਵਾਇਰਸ ਦੇ ਪ੍ਰਤੀ ਕੋਈ ਜ਼ਿਆਦਾ ਚਿੰਤਾ ਨਹੀਂ ਹੈਗੀ। ਉਹਨਾਂ ਨੂੰ ਚਿੰਤਾ ਤਾਂ ਸਿਰਫ ਇਸ ਗੱਲ ਦੀ ਹੈ ਕਿ ਕਿਵੇਂ ਨਾ ਕਿਵੇਂ ਅਸੀਂ ਆਪਣੇ ਜਿਹੜਾ ਹੈਗਾ ਰਾਜ ਸਭਾ ਦੇ ਮੈਂਬਰਾਂ ਨੂੰ ਵਧਾ ਸਕੀਏ। ਤੇ ਇਸ ਸੰਬੰਧ ਵਿਚ ਉਹਨਾਂ ਨੇ ਜਿਹੜਾ ਗਹਿਲੋਤ ਉਹਨਾਂ ਨੇ ਇਹ ਗੱਲ ਇਸ ਗੱਲ ਕਰਕੇ ਕਹੀ ਹੈ ਕਿ ਇਹ ਚੋਣਾਂ ਦੋ ਮਹੀਨੇ ਪਹਿਲਾਂ ਹੋ ਜਾਣੀ ਸੀਗੀਆਂ ਤੇ ਪਰ ਇਹ ਹੈ ਵੀ ਹਾਰਸ ਟ੍ਰੇਡਿੰਗ ਨਹੀਂ ਕਰ ਸਕੀ ਭਾਜਪਾ, ਜਿਹੜੀ ਇਹਦੇ ਖਰੀਦੋ ਫਰੋਖ ਨਹੀਂ ਕਰ ਸਕੀ। ਪਰ ਇਹ ਹੈ ਕਿ ਅੱਜ ਜਿਹੜੀ ਸਿਆਸਤ ਹੈਗੀ ਹੈ ਇਹ ਖਰੀਦੋ ਫਰੋਖ ਚੱਲਦੀ ਰਹਿੰਦੀ ਹੈ ਤੇ ਕਾਂਗਰਸੀ ਐਮ ਐਲ ਏ ਵੀ ਹੈਗੇ ਆ ਉਹ ਹਮੇਸ਼ਾ ਆਪਣੇ ਆਪ ਨੂੰ ਵਿਕਣ ਵਾਸਤੇ ਤਿਆਰ ਰੱਖਦੇ ਨੇ। ਜਿਹੜਾ ਹੈ ਗੁਜਰਾਤ ਵਿਚ ਵੀ ਦੇਖਿਆ, ਆਪਾਂ ਹੋਰ ਥਾਵਾਂ ਦੇ ਉੱਤੇ ਵੀ ਦੇਖਿਆ ਤੇ ਇਸ ਦਾ ਫਾਇਦਾ ਜਿਹੜਾ ਹੈਗਾ ਭਾਜਪਾ ਚੱਕ ਰਹੀ ਹੈ। ਪਰ ਇਹ ਗੱਲ ਕਹਿ ਸਕਦੇ ਹਾਂ ਕਿ ਇੱਕ ਸਮਾਂ ਅਜਿਹਾ ਵੀ ਸੀਗਾ ਇੰਦਰਾ ਗਾਂਧੀ ਦੇ ਮੌਕੇ ਵੀ ਇਹੀ ਕੁਛ ਚੱਲਦਾ ਹੁੰਦਾ ਸੀਗਾ ਤੇ ਕਾਂਗਰਸ ਵੀ ਇਸੇ ਤਰੀਕੇ ਨਾਲ ਸਰਕਾਰਾਂ ਨੂੰ ਤੋੜਦੀ ਹੁੰਦੀ ਸੀਗੀ, ਖਰੀਦੋ ਫਰੋਖਤ ਵੀ ਕਰਦੀ ਹੁੰਦੀ ਸੀਗੀ ਤੇ ਮਤਲਬ ਇਹ ਭ੍ਰਿਸ਼ਟਾਚਾਰ ਕਾਂਗਰਸ ਨੇ ਹੀ ਸ਼ੁਰੂ ਕੀਤਾ ਸੀਗਾ, ਅੱਜ ਭਾਜਪਾ ਵੀ ਉਸੇ ਰਾਹ ਤੇ ਚੱਲ ਰਹੀ ਹੈ। ਜੀ ਇਧਰੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਭੂੰਦੜ ਨੂੰ ਮਿਲ ਗਈ ਢੀਂਡਸਾ ਹੋਰਾਂ ਦੀ ਥਾਂ। ਜੀ ਗੱਲ ਇਹ ਹੈ ਕਿ ਅਸਲ ਦੇ ਵਿਚ ਕੋਈ ਆਪਾਂ ਦੇਖਿਆ ਜਾਵੇ ਕਿ ਕੋਈ ਵੱਡਾ ਰਦੋ ਬਦਲ ਨਹੀਂ ਹੈ ਕਿਹਾ ਜਾ ਸਕਦਾ ਹੈਗਾ, ਪਰ ਇਹ ਹੈ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਹੈ ਉਹ ਅੱਜ ਕੱਲ ਕਾਫੀ ਸਰਗਰਮ ਹੋ ਗਏ ਨੇ ਤੇ ਉਹ ਚਾਹੁੰਦੇ ਆ ਕਿ ਕਿਵੇਂ ਨਾ ਕਿਵੇਂ ਪਾਰਟੀ ਦੇ ਵਿਚ ਫੇਰ ਬਦਲ ਕੀਤਾ ਜਾਵੇ ਤੇ ਇਸ ਨੂੰ ਮਜ਼ਬੂਤ ਕੀਤਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿਚ ਜਿਹੜੀਆਂ 2022 ਦੀਆਂ ਚੋਣਾਂ ਨੇ ਉਹਦੇ ਵਿਚ ਡਟ ਕੇ ਜਿਹੜੇ ਦੂਜੀਆਂ ਪਾਰਟੀਆਂ ਦਾ ਮੁਕਾਬਲਾ ਕੀਤਾ ਗਿਆ। ਕੱਲ ਜਿਹੜੀ ਇਸ ਤੋਂ ਪਹਿਲਾਂ ਕੋਰ ਕਮੇਟੀ ਦੀ ਮਤਲਬ ਇਹਦਾ ਐਲਾਨ ਕੀਤਾ ਸੀਗਾ ਇਹਦੇ ਵਿਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਬਲਵਿੰਦਰ ਸਿੰਘ ਭੁੰਦੜ ਏ ਉਹਨਾਂ ਨੂੰ ਸਕੱਤਰ ਜਨਰਲ ਬਣਾਇਆ ਗਿਆ। ਇਹ ਅਹੁਦਾ ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਉਹਨਾਂ ਵਾਸਤੇ ਹੀ ਬਣਿਆ ਹੋਇਆ ਸੀਗਾ ਤੇ ਪਰ ਹੁਣ ਜਿਹੜੇ ਇਸ ਤੋਂ ਅਲੱਗ ਜਿਹੜੀ ਗੱਲ ਕੀਤੀ ਹੈ ਉਹਦੇ ਵਿਚ ਢੇਰ ਸਾਰੇ ਜਿਹੜੇ ਹੈਗੇ ਸੀਨੀਅਰ ਜਿਹੜੇ ਜਨਰਲ ਸਕੱਤਰ ਬਣਾ ਦਿੱਤੇ ਆ। ਉਹ ਜਿਹੜੇ ਬਣਾਏ ਨੇ ਉਹ ਤਾਂ ਅਲੱਗ ਗੱਲ ਹੈ, ਉਹਨਾਂ ਵਿਚੋਂ ਕੁਛ ਜਿਹੜੇ ਨਾਮ ਨੇ ਉਹ ਜ਼ਿਕਰਯੋਗ ਨੇ ਜਿਨ੍ਹਾਂ ਵਿਚ ਆਦੇਸ਼ ਪ੍ਰਤਾਪ ਸਿੰਘ ਕੈਰੋ ਦੱਸਿਆ ਜਾਂਦਾ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਆਪਸ ਵਿਚ ਵਰਦੀ ਹੈ ਪਰ ਉਹਨਾਂ ਨੂੰ ਵੀ ਉਹਨਾਂ ਨੇ ਜਗ੍ਹਾ ਦਿੱਤੀ ਹੈ। ਜਿਹੜੇ ਸੁਖਬੀਰ ਸਿੰਘ ਪਰਾੜ ਹੈ ਉਹਨਾਂ ਦਾ ਆਪਾਂ ਨੂੰ ਪਤਾ ਹੀ ਹੈ ਕਿ ਵਿਚਾਰੇ ਜਿਹੜੇ ਹੈਗੇ ਕਾਫੀ ਦੇਰ ਤੋਂ ਚੁੱਪ ਬੈਠੇ ਸੀਗੇ ਪਰ ਪਿਛਲੇ ਦੋ ਚਾਰ ਦਿਨਾਂ ਦੇ ਵਿਚ ਉਹਨਾਂ ਨੂੰ ਅਕਾਲੀ ਦਲ ਦੇ ਵਿਚ ਵਧੀਆ ਜਗ੍ਹਾ ਦਿੱਤੀ ਗਈ ਹੈ, ਸਕੂਲ ਕਮੇਟੀ ਦਾ ਮੈਂਬਰ ਬਣਾਇਆ ਗਿਆ ਤੇ ਹੁਣ ਇੱਕ ਇਹ ਦਲ ਜਿਹੜਾ ਇੱਕ ਪ੍ਰਕਾਸ਼ ਚੰਦ ਗਰਗ ਹੈ ਉਹ ਸੁਖਦੇਵ ਸਿੰਘ ਢੀਂਡਸਾ ਦੇ ਬਹੁਤ ਜ਼ਿਆਦਾ ਨਜ਼ਦੀਕੀ ਸੀਗੇ ਪਰ ਹੁਣ ਜਦੋਂ ਸੁਖਦੇਵ ਸਿੰਘ ਢੀਂਡਸਾ ਆਪਣਾ ਅਕਾਲੀ ਦਲ ਤੋਂ ਅਲੱਗ ਹੋ ਗਿਆ ਤਾਂ ਇਹ ਕਿਆ ਅਸਰ ਆਈਆਂ ਸੀਗਾ ਕਿ ਜਿਹੜਾ ਪ੍ਰਕਾਸ਼ ਚੰਦ ਗਰਗ ਹੈ ਉਹ ਵੀ ਜਿਹੜਾ ਹੈਗਾ ਢੀਂਡਸਾ ਉਹਨਾਂ ਦੇ ਨਾਲ ਚਲੇ ਜਾਣਗੇ ਪਰ ਹੁਣ ਉਹਨਾਂ ਨੂੰ ਪਾਰਟੀ ਦੇ ਵਿਚ ਇੱਕ ਅਹਿਮ ਜਗ੍ਹਾ ਦੇ ਦਿੱਤੀ ਹੈ। ਜਿਹੜੇ ਹਰਮਜੀਤ ਸਿੰਘ ਦਿੱਲੀ ਹੈ ਉਹਨਾਂ ਬਾਰੇ ਇਹ ਕਿਹਾ ਜਾਂਦਾ ਸੀਗਾ ਪਿਛਲੇ ਦਿਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀਗਾ ਤੇ ਉਹਦਾ ਕਾਰਨ ਇਹੀ ਸੀਗਾ ਕਿ ਉਹਨਾਂ ਦੀ ਮਨਜਿੰਦਰ ਸਿੰਘ ਸਿਰਸੇ ਨਾਲ ਬਣਦੀ ਨਹੀਂ ਹੈਗੀ ਤੇ ਉਹਦਾ ਕਾਰਨ ਇਹੀ ਸੀਗਾ ਕਿ ਅਵਤਾਰ ਸਿੰਘ ਹਿੱਤ ਦੇ ਨਾਲ ਮਨਜਿੰਦਰ ਸਿੰਘ ਜਿਹੜਾ ਹੈਗਾ ਸਿਰਸਾ ਦੇ ਨਾਲ ਟਕਰਾਓ ਚੱਲ ਰਿਹਾ ਸੀਗਾ। ਉੱਥੋਂ ਇੱਕ ਹਰੀਪੁਰ ਦਾ ਸਕੂਲ ਹੈ
ਜਿਹੜਾ ਕੇਸ ਚਰਚਾ ਉਹਨਾਂ ਨੇ ਵਾਪਸ ਲੈਦਾ ਸੀ ਉਸ ਨੂੰ 500 ਕਰੋੜ ਦਾ ਉੱਥੇ ਘਪਲੇਬਾਜ਼ੀ ਹੈਗੀ ਹੈ ਤੇ ਜਿਹੜਾ ਅਵਤਾਰ ਸਿੰਘ ਹਿੱਸਾ ਹੈ ਪ੍ਰਕਾਸ਼ ਸਿੰਘ ਬਾਦਲ ਦੇ ਕਾਫੀ ਨਜ਼ਦੀਕ ਹੈ ਤੇ ਉਹ ਇੱਕ ਅਜਿਹੀ ਮਤਲਬ ਸਾਜਿਸ਼ ਕਰ ਰਹੇ ਸੀ ਜਿਹਦੇ ਨਾਲ ਮਨਜਿੰਦਰ ਸਿੰਘ ਸਿਰਸਾ ਨੂੰ ਨੁਕਸਾਨ ਪਹੁੰਚੇ ਤੇ ਉਸ ਕੜੀ ਦੇ ਵਿੱਚ ਹਰਮਿੰਦਰ ਸਿੰਘ ਜਿਹੜਾ ਦਿੱਲੀ ਵਾਲਾ ਹੈਗਾ ਉਸਦਾ ਅਸਤੀਫਾ ਦਵਾਇਆ ਸੀਗਾ ਤੇ ਉਹ ਅਸਤੀਫੇ ਦਵਾਉਣ ਤੋਂ ਬਾਵਜੂਦ ਉਸ ਨੂੰ ਹੁਣ ਦੁਬਾਰਾ ਇਹਦੇ ਵਿੱਚ ਜਨਰਲ ਸਕੱਤਰ ਬਣਾਇਆ ਗਿਆ ਤੇ ਜਿੱਥੋਂ ਤੱਕ ਹਰਮੇਲ ਸਿੰਘ ਚੌੜਾ ਤੁਹਾਨੂੰ ਪਤਾ ਹੈ ਕਿ ਇਹ ਜਥੇਦਾਰ ਗੁਰਚਰਨ ਸਿੰਘ ਚੌੜਾ ਉਹਨਾਂ ਦੇ ਜਗਾਈ ਹੈ ਤੇ ਪਿਛਲੇ ਸਮੇਂ ਦੌਰਾਨ ਉਹ ਕਾਫੀ ਨਾਰਾਜ਼ ਸੀਗੇ ਤੇ ਖੁਦ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਸੀ ਉਹਨਾਂ ਦੀ ਧਰਮ ਪਤਨੀ ਆਮ ਆਦਮੀ ਪਾਰਟੀ ਵਿੱਚ ਚਲੀ ਗਈ ਸੀ ਤੇ ਉਹਨਾਂ ਨੂੰ ਟਿਕਟ ਵੀ ਦਿੱਤੀ ਗਈ ਸੀਗੀ ਪਰ ਹੁਣ ਇਹਨਾਂ ਨੂੰ ਜਿਹੜਾ ਹੈਗਾ ਚੌੜਾ ਉਹਨਾਂ ਨੂੰ ਇਹ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਜ਼ਿਆਦਾ ਵਜੂਦ ਨਹੀਂ ਰਹਿ ਗਿਆ ਹੈਗਾ ਤੇ ਪਿਛਲੇ ਸਮੇਂ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਦੁਬਾਰਾ ਪਾਰਟੀ ਵਿੱਚ ਲਿਆਂਦਾ ਸੀਗਾ ਤੇ ਹੁਣ ਉਹਨਾਂ ਨੂੰ ਪਾਰਟੀ ਦੇ ਵਿੱਚ ਇੱਕ ਵੱਡੀ ਜਗ੍ਹਾ ਵੀ ਦਿੱਤੀ ਗਈ ਹੈ ਜੀ ਬਿਲਕੁਲ ਸਹੀ ਹੈ ਔਰ ਅਗਲੀ ਗੱਲ ਵੀ ਪਾਇਓ ਜੀ ਪ੍ਰਕਾਸ਼ ਇਸ ਤੇ ਕੀ ਕਹਾਣੀ ਹੈ ਕਿ ਇੱਕ ਪਿਓ ਨੇ ਕੰਮ ਕਰਨ ਵਾਸਤੇ ਕਿਹਾ ਉਹਦੇ ਪੁੱਤ ਨੂੰ ਤੇ ਪੁੱਤ ਨੇ ਕਹਾ ਬਾਪੂ ਦਾ ਕੰਮ ਹੀ ਕਰਤਾ ਕਤਲ ਹੀ ਕਰਤਾ ਗੱਲ ਇਹ ਹੈ ਕਿ ਸਿੱਧੂ ਸਾਹਿਬ ਸਾਡੇ ਪੰਜਾਬ ਦਾ ਇਹ ਜਿਹੜਾ ਰੁਝਾਨ ਹੈ ਇਹ ਬੜਾ ਭਿਅੰਕਰ ਹੈ ਬਹੁਤ ਹੀ ਜਿਹੜਾ ਹੈਗਾ ਸਾਨੂੰ ਦੁਖਦਾਈ ਵੀ ਕਿਹਾ ਜਾ ਸਕਦਾ ਹੈ ਇਹਦੇ ਵਿੱਚ ਕੀ ਹੋ ਰਿਹਾ ਹੈ ਕਿ ਜਿਹੜੇ ਵਿਗੜ ਤੇ ਨਸ਼ੇੜੀ ਪੁੱਤ ਨੇ ਉਹ ਮਾਂ ਪਿਓ ਨੂੰ ਮਾਰ ਰਹੇ ਨੇ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਲੁਧਿਆਣੇ ਚ ਕਤਲ ਹੋਇਆ ਉਹਦੇ ਵਿੱਚ ਵੀ ਇੱਕ ਜਿਹੜਾ ਹੈਗਾ ਆਫਿਸਰ ਰੈਂਕ ਦਾ ਬੰਦਾ ਸੀਗਾ ਰਿਟਾਇਰ ਹੋਇਆ ਹੈ ਤੇ ਉਸ ਨਸ਼ੇੜੀ ਪੁੱਤ ਨੇ ਉਸਨੂੰ ਚਾਕੂ ਮਾਰ ਮਾਰ ਕੇ ਮਾਰਤਾ ਸੀਗਾ ਤੇ ਉਹ ਇਹੀ ਸੀਗਾ ਕਿ ਪਿਓ ਉਸਨੂੰ ਨਸ਼ੇ ਵਾਸਤੇ ਪੈਸਾ ਨਹੀਂ ਦਿੰਦਾ ਸੀਗਾ ਤੇ ਇਹਦੇ ਵਿੱਚ ਇਹ ਜਲੰਧਰ ਦੇ ਰਾਮਾ ਮੰਡੀ ਦੀ ਘਟਨਾ ਵਾਪਰੀ ਹੈ ਰਾਮਾ ਮੰਡੀ ਹੱਦ ਦੇ ਵਿੱਚ ਆਉਂਦੇ ਗੁਰੂ ਨਾਨਕਪੁਰਾ ਉਹਦੇ ਵਿੱਚ ਇਹਦਾ ਪਿਓ ਜਿਹੜਾ ਹੈ ਲੜਕੇ ਦਾ ਇੱਕ ਗਾਰਡ ਲੱਗਿਆ ਹੋਇਆ ਸੀਗਾ ਤੇ ਉਹ ਕੱਲਾ ਹੀ ਕਮਾਉਂਦਾ ਸੀਗਾ ਸਾਰੇ ਪਰਿਵਾਰ ਦਾ ਖਰਚਾ ਚਲਾਉਂਦਾ ਸੀਗਾ ਤੇ ਉਹ ਵਾਰ ਵਾਰ ਆਪਣੇ ਮੁੰਡੇ ਨੂੰ ਕਹਿੰਦਾ ਸੀਗਾ ਵੀ ਤੂੰ ਕੋਈ ਕੰਮ ਕਰ ਤੇ ਉਹ ਮਤਲਬ ਕੰਮ ਨਹੀਂ ਕਰਦਾ ਸੀਗਾ ਤੇ ਇੱਕ ਜਿਹੜਾ ਇਹ ਕਤਲ ਹੋਇਆ ਉਹਦੀ ਮੁੰਡੇ ਦੀ ਮਾਂ ਤੇ ਉਹਦੀ ਘਰ ਵਾਲੀ ਬਾਹਰ ਗਏ ਹੋਏ ਸੀਗੇ ਪਿੱਛੇ ਤੋਂ ਪਿਓ ਦੇ ਨਾਲ ਝਗੜਾ ਹੋ ਗਿਆ ਤੇ ਉਸ ਨੇ ਲੋਹੇ ਦੀ ਰਾਡ ਚੱਕ ਕੇ 7-8 ਆਪਣੇ ਪਿਓ ਦੇ ਸਿਰ ਤੇ ਮਾਰੇ ਉਸ ਤੋਂ ਬਾਅਦ ਉਹ ਆਰੀ ਚੱਕ ਕੇ ਲੈ ਕੇ ਆਇਆ ਆਰੀ ਦੇ ਨਾਲ ਉਸਦੀ ਗਰਦਨ ਵੱਢੀ ਤੇ ਇਹ ਮਤਲਬ ਸਾਡੇ ਹਾਲਾਤ ਬਣ ਚੁੱਕੇ ਨੇ ਸਾਡੀ ਜਿਹੜੀ ਇਹ ਨੌਜਵਾਨ ਪੀੜ੍ਹੀ ਹੈ ਕਿੱਧਰ ਨੂੰ ਜਾ ਰਹੀ ਹੈ ਇਹ ਇੱਕ ਬਹੁਤ ਹੀ ਗੰਭੀਰ ਮੁੱਦਾ ਹੈ ਤੇ ਸਾਡੇ ਜਿਹੜੇ ਇੱਥੇ ਆਪਣੇ ਪੰਜਾਬ ਦੇ ਵਿੱਚ ਵਿਲੜ ਤੇ ਨਸ਼ੇੜੀ ਜਿਹੜੇ ਹੈਗੇ ਸਾਡੇ ਸਮਾਜ ਦੇ ਲਈ ਬਹੁਤ ਜ਼ਿਆਦਾ ਖਤਰਾ ਬਣ ਰਹੇ ਨੇ ਸਿਰਫ ਪਰਿਵਾਰ ਵਾਲਿਆਂ ਵਾਸਤੇ ਜੀ ਤੇ ਇਹ ਲੁੱਟ ਖਸੁੱਟਾ ਵੀ ਬਹੁਤ ਕਰ ਰਹੇ ਨੇ ਜਿਨ੍ਹਾਂ ਨੂੰ ਨਸ਼ਾ ਨਹੀਂ ਮਿਲਦਾ ਹੈਗਾ ਉਹ ਤੁਹਾਨੂੰ ਪਤਾ ਹੀ ਹੈ ਚੈਨੀਆਂ ਤਾਰ ਕੇ ਲੈ ਜਾਂਦੇ ਨੇ ਕਦੇ ਕੁਛ ਕਰਕੇ ਲੈ ਜਾਂਦੇ ਨੇ ਤੇ ਇਹ ਇੱਕ ਜਿਹੜਾ ਹੈਗਾ ਸਾਡੀ ਸਰਕਾਰ ਦੇ ਲਈ ਵੀ ਬੜੀ ਚੈਲੰਜ ਬਣ ਗਿਆ ਚੁਣੌਤੀ ਬਣ ਗਿਆ ਇਹ ਕਾਨੂੰਨ ਅਤੇ ਵਿਵਸਥਾ ਦਾ ਵੀ ਇੱਕ ਮੁੱਦਾ ਹੈਗਾ ਜੀ ਬਿਲਕੁਲ ਬਹੁਤ ਵੱਡਾ ਮੁੱਦਾ ਤੇ ਇੱਕ ਮੁੱਦਾ ਹੋਰ ਵੀ ਸਾਹਮਣੇ ਆ ਰਿਹਾ ਜੀ ਕਿ ਅੱਧੀ ਦਰਜਨ ਤੋਂ ਵੱਧ ਵਿਧਾਇਕ ਜਾਂ ਮੰਤਰੀ ਹੈ ਜਿਹੜੇ ਉਹਨਾਂ ਦੀ ਛੁੱਟੀ ਹੋਊਗੀ ਜੀ ਨਵਾਂ ਨੂੰ ਐਡਜਸਟ ਕਰਨਗੇ ਗੱਲ ਇਹ ਹੈ ਕਿ ਹੁਣ ਪਿਛਲੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ MLA ਬੜੇ ਬੇਚੈਨ ਨੇ ਉਹ ਚਾਹ ਰਹੇ ਨੇ ਕਿ ਕਿਵੇਂ ਨਾ ਕਿਵੇਂ ਉਹਨਾਂ ਨੂੰ ਵੀ ਜਿਹੜਾ ਹੈਗਾ ਪਾਰਟੀ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ ਇਹ ਵੈਸੇ ਮਿਲਣੀ ਵੀ ਚਾਹੀਦੀ ਹੈ ਜਿਹੜੇ ਰੱਦੋ ਬਦਲ ਬੰਨੇ ਵੀ ਮਿਲਣੇ ਹੋਣੇ ਵੀ ਚਾਹੀਦੇ ਆ ਉਹਦੇ ਵਿੱਚ ਜਿਹੜੇ ਮੰਤਰੀ ਹੈਗੇ ਆ ਉਹਨਾਂ ਜਿਨ੍ਹਾਂ ਦੀ ਕਾਰਗੁਜ਼ਾਰੀ ਵਧੀਆ ਨਹੀਂ ਹੈਗੀ ਉਹਨਾਂ ਨੂੰ ਉਤਾਰਨਾ ਚਾਹੀਦਾ ਨਵਿਆਂ ਨੂੰ ਇਹ ਸਥਾਨ ਦੇਣਾ ਵੀ ਚਾਹੀਦਾ ਪਰ ਇਹ ਵੀ ਦੇਖਣ ਵਿੱਚ ਆਇਆ ਕਿ ਉਹਨਾਂ ਨੂੰ ਜਿਹੜੇ ਇਸ ਗੱਲ ਦੀ ਮੰਗ ਕਰਦੇ ਆ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਅਹੁਦੇ ਦਿੱਤੇ ਵੀ ਗਏ ਪਰ ਸੰਵਿਧਾਨਕ ਕਾਰਨਾਂ ਕਰਕੇ ਉਹਨਾਂ ਤੋਂ ਇਹ ਅਹੁਦੇ ਵਾਪਸ ਵੀ ਲੈ ਲਏ ਪਰ ਹੁਣ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਲੋਕ ਅਸੰਤੁਸ਼ਟ ਨੇ ਉਹਨਾਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਲੰਚ ਜਿਹੜਾ ਹੈਗਾ ਡਿਪਲੋਮੈਸੀ ਵੀ ਚੱਲੀ ਜਾ ਰਹੀ ਹੈ ਕਈ ਰੁੱਸਿਆਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਸੰਬੰਧ ਵਿੱਚ ਇਹ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀ ਰੱਦੋ ਬਦਲ ਹੋਣ ਜਾ ਰਹੀ ਹੈ ਉਹਦੇ ਵਿੱਚ ਜਿਹੜੇ ਬੰਦਿਆਂ ਦੀ ਕਾਰਗੁਜ਼ਾਰੀ ਵਧੀਆ ਨਹੀਂ ਹੈਗੀ ਜਿਹੜੇ ਮੰਤਰੀਆਂ ਦੀ ਹੈਗੀ ਆ
ਉਹਨਾਂ ਨੂੰ ਹਟਾਇਆ ਵੀ ਜਾ ਸਕਦਾ ਤੇ ਨਵਿਆਂ ਨੂੰ ਲਾਇਆ ਜਾ ਸਕਦਾ ਤੇ ਇਹ ਇੱਕ ਚੰਗਾ ਪ੍ਰੋਸੈਸ ਵੀ ਹੈ। ਉਹਦੇ ਨਾਲ ਜਿਹੜੀ ਹੈਗੀ ਆ ਸਰਕਾਰ ਗਤੀਸ਼ੀਲ ਵੀ ਹੁੰਦੀ ਹੈ ਤੇ ਨਵਿਆਂ ਨੂੰ ਇੱਕ ਚਾਅ ਵੀ ਹੁੰਦਾ ਕੰਮ ਕਰਨ ਦਾ ਤੇ ਪੁਰਾਣੇ ਤਾਂ ਇਹ ਹੁੰਦੇ ਆ ਵੀ ਸਾਨੂੰ ਕਿਹੜਾ ਕੋਈ ਛੇੜਨ ਵਾਲਾ ਤੇ ਉਹ ਲੋਕਾਂ ਦਾ ਕੰਮ ਕਾਰ ਵੀ ਨਹੀਂ ਕਰਦੇ ਹੈਗੇ। ਸਹੀ ਗੱਲ ਆ ਤੁਹਾਡੀ। ਤੇ ਕੈਨੇਡਾ ਦੇ ਵਿਚ ਬਹੁਤ ਕੁਛ ਹੋ ਰਿਹਾ ਤੇ ਕੈਨੇਡਾ ਦੀ ਲਾਲਸਾ ਨੇ ਘਰ ਹੀ ਪੜਤਾ ਨਾ ਘਰ ਦਾ ਰਿਹਾ ਤੇ ਨਾ ਘਾਟ ਦਾ। ਗੱਲ ਇਹ ਹੈ ਕਿ ਇਹ ਇੱਕ ਘਟਨਾ ਹੈਗੀ ਹੈ ਮੁਕਤਸਰ ਦੀ ਛੋਟਾ ਤਲਾਬ, ਉੱਥੇ ਦਾ ਇੱਕ ਰਮਿੰਦਰ ਸਿੰਘ ਹੈ ਤੇ ਉਹਨੇ ਵਿਆਹ ਕਰਨਾ ਸੀਗਾ ਕੈਨੇਡਾ ਗਈ ਹੋਈ ਲੜਕੀ ਦੇ ਨਾਲ ਤੇ ਉਹਦੇ ਵਿਚ ਉਸਨੇ ਉਸ ਨੂੰ 21,73,000 ਰੁਪਇਆ ਦਿੱਤਾ ਸੀਗਾ ਕਿ ਉਸਨੇ ਵਾਅਦਾ ਕੀਤਾ ਸੀ ਕਿ ਜਦੋਂ ਉੱਥੇ ਪਹੁੰਚ ਜਾਊਗੀ ਤਾਂ ਉਹ ਉਸ ਨੂੰ ਬੁਲਾ ਦੇਗੀ ਤੇ ਉਹਦੇ ਨਾਲ ਵਿਆਹ ਕਰ ਲੂਗੀ, ਪਰ ਉਸਨੇ ਵਿਆਹ ਨਹੀਂ ਕਰਾਇਆ ਤੇ ਇਹ ਇੱਕ ਵੱਡੀ ਠੱਗੀ ਲੱਗ ਗਈ ਹੈ। ਪਰ ਇਹ ਇੱਕ ਬਹੁਤ ਵੱਡਾ ਸਬਕ ਵੀ ਹੈਗਾ। ਅਸੀਂ ਅਕਸਰ ਤੁਸੀਂ ਜਦੋਂ ਅਖਬਾਰਾਂ ਚ ਇਸ਼ਤਿਹਾਰ ਦੇਖਦੇ ਹੋ ਉਹਦੇ ਵਿਚ ਇਹ ਮੰਗ ਕੀਤੀ ਜਾਂਦੀ ਹੈ ਕਿ ਅਜਿਹੀ ਕੁੜੀ ਚਾਹੀਦੀ ਹੈ ਜਿਹੜੀ ਜਿਸ ਦੇ 7.5 ਬੈਂਡ ਹੋਣ, 8 ਬੈਂਡ ਅੱਜ ਹੋਣ ਜਾਂ ਮਤਲਬ 6.5 ਬੈਂਡ ਇਹ ਬੈਂਡ ਤੇ ਉਹ ਮੁੰਡੇ ਨੂੰ ਕੈਨੇਡਾ ਲੈ ਜਾ ਸਕੇ ਜਾਂ ਆਸਟ੍ਰੇਲੀਆ ਲੈ ਜਾ ਸਕੇ ਜਾਂ ਹੋਰ ਮੁਲਕ ਲੈ ਜਾ ਸਕੇ ਤੇ ਖਰਚਾ ਅਸੀਂ ਆਪ ਕਰਾਂਗੇ। ਇਹ ਬਾਹਰ ਜਾਣ ਦੀ ਜਿਹੜੀ ਲਾਲਸਾ ਹੈ ਸਾਡੇ ਲੋਕਾਂ ਵਿਚ ਬਹੁਤ ਜ਼ਿਆਦਾ ਵਧੀ ਹੋਈ ਹੈ। ਇਸ ਲਾਲਸਾ ਦੇ ਕਾਰਨ ਜਿਹੜਾ ਹੈਗਾ ਕਈ ਵਿਆਹ ਤਾਂ ਸਫਲ ਹੋ ਜਾਂਦੇ ਆ, ਕਈ ਵਿਆਹ ਕਰਨ ਤੋਂ ਪਹਿਲੇ ਹੀ ਹੈਗੇ ਕੁੜੀਆਂ ਠੱਗੀਆਂ ਮਾਰ ਜਾਂਦੀਆਂ ਨੇ ਤੇ ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ, ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਨੇ ਤੇ ਉਹਦੇ ਵਿਚ ਦੇਖੋ ਕਿੱਡਾ ਮਤਲਬ ਜਿਹੜੇ ਇਸ਼ਤਿਹਾਰ ਆਉਂਦੇ ਆ ਉਹਦੇ ਵਿਚ ਇਹ ਵੀ ਲਿਖਿਆ ਜਾਂਦਾ ਵਿਆਹ ਕੱਚਾ ਪੱਕਾ, ਜਦ ਪੱਕਾ ਕਰਾਂਗੇ ਜਾਂ ਕੱਚਾ ਕਰਾਂਗੇ, ਜੇ ਮਤਲਬ ਇਸ ਤਰ੍ਹਾਂ ਦੇ ਹੈਗਾ ਤੇ ਇਹ ਇੱਕ ਅਲੱਗ ਜਿਹਾ ਹੀ ਰੁਝਾਨ ਚਲਾ ਗਿਆ। ਜਿਹੜਾ ਵਿਆਹ ਹੈ ਇੱਕ ਆਮ ਸਾਡੀ ਭਾਰਤੀ ਉਹਦੇ ਚ ਪਰੰਪਰਾਵਾਂ ਚ ਮੰਨਿਆ ਜਾਏ ਇੱਕ ਬਹੁਤ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ, ਪਰ ਇਸ ਕਾਰ ਮਤਲਬ ਵਿਦੇਸ਼ ਜਾਣ ਦੇ ਲਈ ਤਾਂ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਨੇ ਕਿ ਲੋਕ ਆਪਣੇ ਸਕੀਆਂ ਭੈਣਾਂ ਦੇ ਨਾਲ ਵੀ ਵਿਆਹ ਕਰਾ ਕੇ ਉੱਥੇ ਵਿਦੇਸ਼ਾਂ ਵਿੱਚ ਚਲੇ ਜਾਂਦੇ ਆ ਤੇ ਉੱਥੇ ਜਾ ਕੇ ਫਿਰ ਤਲਾਕ ਦਾ ਮਤਲਬ ਕਾਗਜ਼ ਤਿਆਰ ਕਰ ਲੈਂਦੇ। ਪਰ ਹੈ ਤਾਂ ਇਹ ਇੱਕ ਬਹੁਤ ਮੰਦਭਾਗੀ ਘਟਨਾ ਹੈ, ਬਹੁਤ ਮੰਦਭਾਗਾ ਰੁਝਾਨ ਹੈ, ਸਾਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਤੇ ਜੇਕਰ ਤੁਸੀਂ ਜਾਣਾ ਹੀ ਹੈ ਤੁਸੀਂ ਆਪਣੇ ਦਮ ਤੇ ਜਾਓ। ਜਦੋਂ ਅਸੀਂ ਇਸ ਤਰੀਕੇ ਦੇ ਨਾਲ ਸਹਾਰੇ ਲੈਂਦੇ ਹਾਂ ਤਾਂ ਉਹ ਕਈ ਵਾਰ ਅਜਿਹੀਆਂ ਠੱਗੀਆਂ ਬਣ ਜਾਂਦੀਆਂ ਨੇ ਤੇ ਦੇਖੋ ਇਹ ਲੋਕ ਲੱਖਾਂ ਰੁਪਏ ਜਿਹੜੇ ਹੈਗੇ ਕਰਜ਼ੇ ਦੇ ਵਿੱਚ ਲੈ ਲੈਂਦੇ ਆ, ਜ਼ਮੀਨਾਂ ਵੇਚ ਕੇ ਮਤਲਬ ਇਹ ਪੈਸਾ ਦਿੰਦੇ ਆ ਤੇ ਬਾਅਦ ਵਿੱਚ ਜਦੋਂ ਅਜਿਹੀ ਘਟਨਾ ਵਾਪਰ ਜਾਂਦੀ ਹੈ ਤੇ ਉਹ ਸੱਚੀ ਮੁੱਚੀ ਮਤਲਬ ਨਾ ਘਰ ਦੇ ਰਹਿੰਦੇ ਨਾ ਘਾਟ ਦੇ ਰਹਿੰਦੇ। ਅਸੀਂ ਘਰ ਦੇ ਰਹੇ ਨਾ ਹੁਣ ਘਾਟ ਦੇ ਧੋਬੀ ਦੇ ਸ਼ਿਕਾਰੀ ਵਾਂਗਰਾਂ, ਕਹਿੰਦਾ ਹੁਣ ਬੈਠੇ ਆ ਪੱਟਾਂ ਦੇ ਹੱਥ ਮਾਰਦੇ ਹਾਰੇ ਹੋਏ ਜੁਆਰੀ ਵਾਂਗਰਾਂ। ਤੇ ਨਾ ਤਾਂ ਕਹਿੰਦੇ ਅਮਰੀਕਾ ਤੇ ਨਾ ਹੀ ਭਾਰਤ ਪਹਿਲਾਂ ਵਰਗੇ ਸਹਿਨਸ਼ੀਲ ਨਹੀਂ ਰਹੇ, ਰਾਹੁਲ ਗਾਂਧੀ ਨੂੰ ਪਤਾ ਲੱਗਿਆ ਜੀ। ਰਾਹੁਲ ਗਾਂਧੀ ਅੱਜ ਕੱਲ ਦਾ ਤੁਹਾਨੂੰ ਪਤਾ ਹੈ ਕਿ ਵੀਡੀਓ ਕਾਨਫਰੰਸਿੰਗ ਬਹੁਤ ਕਰ ਰਹੇ ਨੇ ਜੀ। ਉਹਨਾਂ ਨੇ ਅਮਰੀਕਾ ਦੇ ਸਾਬਕਾ ਡਿਪਲੋਮੈਟ ਹੈਗੇ ਆ ਨਿਕੋਲਸ ਬਰਨ, ਉਹਦੇ ਨਾਲ ਵੀਡੀਓ ਕਾਨਫਰੰਸ ਕੀਤੀ। ਉਹਦੇ ਵਿਚ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਅਮਰੀਕਾ ਹੈ ਤੇ ਉਥੇ ਵੀ ਹੁਣ ਸਹਿਣਸ਼ੀਲਤਾ ਨਹੀਂ ਰਹੇਗੀ ਤੇ ਭਾਰਤ ਹੈ ਇੱਥੇ ਵੀ ਸਹਿਣਸ਼ੀਲਤਾ ਨਹੀਂ। ਕਹਿਣ ਤੋਂ ਭਾਵ ਇਹੀ ਹੈ ਕਿ ਅਮਰੀਕਾ ਜਿੱਥੇ ਇੱਕ ਕਾਲੇ ਨੂੰ ਮਾਰਿਆ ਗਿਆ ਤੇ ਉਹ ਇੱਕ ਨਸਲਵਾਦ ਦੀ ਘਟਨਾ ਸਾਹਮਣੇ ਆਈ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਪੂਰੀ ਅਮਰੀਕਾ ਦੇ ਵਿਚ ਉਸਦੇ ਖਿਲਾਫ਼ ਅੰਦੋਲਨ ਹੋ ਰਿਹਾ ਹੈ ਤੇ ਕੱਲਾ ਅਮਰੀਕਾ ਦੇ ਵਿਚ ਨਹੀਂ ਹੋਰ ਮੁਲਕਾਂ ਦੇ ਵਿਚ, ਕੈਨੇਡਾ ਦੇ ਵਿਚ, ਇੰਗਲੈਂਡ ਦੇ ਵਿਚ, ਸਪੇਨ ਦੇ ਵਿਚ, ਇਸ ਸਬੰਧ ਵਿਚ ਬਹੁਤ ਜ਼ਿਆਦਾ ਲੋਕ ਅੰਦੋਲਨ ਕਰ ਰਹੇ ਨੇ। ਉਸਤੇ ਇੱਕ ਆਵਾਜ਼ ਉੱਠ ਰਹੀ ਹੈ ਕਿ ਨਸਲਵਾਦ ਦੇ ਖਿਲਾਫ਼ ਜਿਹੜਾ ਹੈਗਾ ਮਤਲਬ ਸਾਰੇ ਲੋਕਾਂ ਨੂੰ ਇਕਜੁੱਟ ਹੋਣਾ ਚਾਹੀਦਾ। ਇਹ ਹੀ ਕੁਛ ਜਿਹੜਾ ਹੈਗਾ ਭਾਰਤ ਵਿਚ ਵੀ ਹੋ ਰਿਹਾ। ਭਾਰਤ ਵਿਚ ਇੱਕ ਘੱਟ ਗਿਣਤੀ ਮੁਸਲਮਾਨਾਂ ਦੇ ਖਿਲਾਫ਼ ਅਸੀਂ ਸਾਡੇ ਜਿਹੜਾ ਹੈਗਾ ਕੱਟੜ ਹਿੰਦੂ ਪੰਥੀ ਲੋਕ ਜਿਹੜੇ ਹੈਗਾ ਤਰ੍ਹਾਂ ਤਰ੍ਹਾਂ ਦੇ ਮਤਲਬ ਆਵਾਜ਼ਾਂ ਉਠਾਉਂਦੇ ਨੇ ਤੇ ਇਸ ਤੋਂ ਇਲਾਵਾ ਅਫਸੋਸ ਦੀ ਗੱਲ ਇਹ ਵੀ ਹੈ ਕਿ ਕੱਲੇ ਲੋਕ ਹੀ ਨਹੀਂ ਹੈਗੇ, ਸਾਡੀ ਜਿਹੜੀ ਕੇਂਦਰ ਦੇ ਵਿਚ ਸਰਕਾਰ ਹੈ ਉਹ ਵੀ ਫਾਸ਼ੀਵਾਦੀ ਨੀਤੀਆਂ ਦੇ ਉੱਤੇ ਚੱਲ ਰਹੀ ਹੈ। ਉਸ ਵੱਲੋਂ ਵੀ ਤਰ੍ਹਾਂ ਤਰ੍ਹਾਂ ਦੇ ਅਜਿਹੇ ਬਿੱਲ ਪਾਸ ਕੀਤੇ ਜਾ ਰਹੇ ਨੇ ਜਿਹੜੇ ਕਿ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਨੇ।
ਤੇ ਜਿਹੜੇ ਹੈਗਾ ਇਹ ਠੀਕ ਹੈ ਕਿ ਮਤਲਬ ਪਿਛਲੇ ਇਤਿਹਾਸ ਦੇ ਵਿਚ ਕਈ ਨਾਇਨ ਸਾਥੀਆਂ ਹਿੰਦੂ ਭਾਈਚਾਰੇ ਨਾਲ ਹੋਈਆਂ ਹੋਣਗੀਆਂ, ਹੋਈਆਂ ਨੇ, ਇਤਿਹਾਸ ਗਵਾਹ ਹੈ। ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਅਸੀਂ ਉਸ ਜਿਹੜੀਆਂ ਨਾਇਨ ਸਾਥੀਆਂ ਦਾ ਜਿਹੜਾ ਹੈਗਾ ਬਦਲਾ ਅਸੀਂ ਮੁਸਲਮਾਨ ਭਾਈਚਾਰੇ ਤੋਂ ਲੈਣਾ। ਤੇ ਇਸ ਦੇ ਨਾਲ ਨਾਲ ਕੁਛ ਇਹ ਗਲਤੀਆਂ ਮੁਸਲਮਾਨ ਭਾਈਚਾਰੇ ਦੇ ਵਿਚ ਵੀ ਨੇ। ਕੁਛ ਲੋਕ ਅਜਿਹੇ ਨੇ ਕਿ ਜਿਹੜੇ ਜਦੋਂ ਕ੍ਰਿਕਟ ਮੈਚ ਚੱਲਦਾ, ਖਾਸ ਤੌਰ ਤੇ ਇਹ ਬੜੀ ਵੱਡੀ ਜਿਹੜੀ ਉਦਾਹਰਨ ਹੈਗੀ ਹੈ ਭਾਰਤ ਦੇ ਪਾਕਿਸਤਾਨ ਦੇ ਵਿਚ, ਤਾਂ ਜਦੋਂ ਪਾਕਿਸਤਾਨ ਦਾ ਜਿਹੜਾ ਹੈਗਾ ਖਿਡਾਰੀ ਹੈ ਵਿਕਟ ਲੈ ਲੈਂਦਾ ਜਾਂ ਸਕੋਰ ਮਾਰ ਲੈਂਦਾ ਤਾਂ ਉਹ ਤਾੜੀਆਂ ਮਾਰਦੇ ਨੇ। ਇਹ ਜਿਹੜੀ ਘਟਨਾ ਵੀ ਹੈਗੀ ਹੈ ਲੋਕਾਂ ਦੇ ਅੰਦਰ ਜਿਹੜਾ ਨਫ਼ਰਤ ਪੈਦਾ ਕਰਦੀ ਹੈ, ਹਿੰਦੂ ਭਾਈਚਾਰੇ ਦੇ ਅੰਦਰ ਨਫ਼ਰਤ ਪੈਦਾ। ਜਦੋਂ ਜਿਹੜੇ ਦੇਸ਼ ਵਿਚ ਜਿਵੇਂ ਗੁਰਦਾਸ ਮਾਨ ਦਾ ਕਹਿ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਾਮ ਰਹੇਗਾ, ਤੇ ਉਸ ਮੁਲਕ ਦੇ ਭਾਰਤ ਦੇ ਵਿਚ ਅਸੀਂ ਰਹਿੰਦੇ ਹਾਂ ਤਾਂ ਸਾਨੂੰ ਭਾਰਤੀ ਬਣ ਕੇ ਰਹਿਣਾ ਚਾਹੀਦਾ। ਤੇ ਜਿਹੜੀ ਇਹ ਆਪਣੇ ਭਾਰਤੀ ਜਨਤਾ ਪਾਰਟੀ ਆ ਉਹਨੂੰ ਵੀ ਆਪਣੀਆਂ ਨੀਤੀਆਂ ਦੇ ਵਿਚ ਬਦਲਾਅ ਲਿਆਉਣਾ ਚਾਹੀਦਾ। ਇਹੀ ਕਾਰਨ ਹੈ ਕਿ ਕੱਲ ਜਿਹੜੀ ਹੈਗੀ ਆ ਉਥੇ ਦੇ ਗ੍ਰਹਿ ਮੰਤਰਾਲੇ ਦੇ ਅਮਰੀਕਾ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਹੈ ਉਹਦੇ ਵਿਚ ਇਸ ਗੱਲ ਦਾ ਨੋਟਿਸ ਲਿਆ ਗਿਆ ਕਿ ਧਾਰਾ 370 ਹੋਵੇ, CAA ਹੋਵੇ, NRC ਹੋਵੇ, ਉਸ ਦੌਰਾਨ ਜਿਹੜੇ ਘੱਟ ਗਿਣਤੀਆਂ ਦੇ ਖਿਲਾਫ਼ ਜਿਹੜਾ ਹੈਗਾ ਇਹ ਭਾਰਤ ਸਰਕਾਰ ਨੇ ਉਹਨਾਂ ਨੂੰ ਮਤਲਬ ਉਹਨਾਂ ਦੇ ਨਾਲ ਬੇਇਨਸਾਫ਼ੀ ਕੀਤੀ ਹੈ। ਤੇ ਇਹ ਸਿਰਫ ਇੱਥੇ ਤੱਕ ਸੀਮਤ ਨਹੀਂ ਰਹਿੰਦਾ ਹੈਗਾ, ਪੂਰੀ ਦੁਨੀਆਂ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਪੂਰੀ ਦੁਨੀਆਂ ਉਸ ਗੱਲ ਦਾ ਨੋਟਿਸ ਲੈਂਦੀ ਹੈ। ਜੇ ਨੋਟਿਸ ਲੈਂਦੀ ਹੈ ਤਾਂ ਜਿਹੜੇ ਚੰਗੇ ਮੁਲਕ ਨੇ ਉਹਨਾਂ ਦਾ ਨਾਮ ਉੱਪਰ ਆਉਂਦਾ, ਜਿਹੜੇ ਮੁਲਕ ਦੇ ਵਿਚ ਘੱਟ ਗਿਣਤੀਆਂ ਦੇ ਨਾਲ ਨਾ ਇਨਸਾਫ਼ੀਆਂ ਹੁੰਦੀਆਂ ਨੇ ਉਹਨਾਂ ਦਾ ਨਾਂ ਜਿਹੜਾ ਹੈਗਾ ਮਤਲਬ ਮਾੜੇ ਸ਼ਬਦਾਂ ਵਿਚ ਲਿਖਿਆ ਜਾਂਦਾ। ਇਸ ਗੱਲ ਕਰਕੇ ਭਾਰਤ ਸਰਕਾਰ ਨੂੰ ਵੀ ਜਿਹੜਾ ਹੈਗਾ ਸਹਿਣਸ਼ੀਲਤਾ ਵਰਤੀ ਚਾਹੀਦੀ ਹੈ। ਰਾਹੁਲ ਗਾਂਧੀ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਇਹ ਠੀਕ ਕੀਤੀ ਹੈ ਕਿ ਅਮਰੀਕਾ ਦੇ ਵਿਚ ਵੀ ਜਿਹੜਾ ਹੈਗਾ ਟਰੰਪ ਸਰਕਾਰ ਦੀਆਂ ਨੀਤੀਆਂ ਇਹੀ ਨੇ, ਉਹ ਰਾਸ਼ਟਰਵਾਦੀ ਜਿਹੜਾ ਹੈਗਾ ਉਸ ਦਾ ਮੁੱਦਾ ਜ਼ਿਆਦਾ ਉਠਾ ਕੇ ਲੋਕਾਂ ਨੂੰ ਜਿਹੜਾ ਹੈਗਾ ਉੱਥੇ ਦੂਰੇ ਲੋਕਾਂ ਨੂੰ ਆਪਣੇ ਵੱਲ ਕਰਨਾ ਚਾਹੁੰਦੇ ਸਿਆਸੀ ਤੌਰ ਤੇ। ਇਹੀ ਕੰਮ ਜਿਹੜਾ ਹੈਗਾ ਭਾਰਤ ਵਿਚ ਕੀਤਾ ਜਾਂਦਾ, ਅਸੀਂ ਪਾਕਿਸਤਾਨ ਨੂੰ ਟਾਰਗੇਟ ਬਣਾ ਦਿੰਦੇ ਹਾਂ ਉਹਦੇ ਨਾਲ ਤੇ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਭਾਵਨਾ ਭੜਕਾ ਕੇ ਅਸੀਂ ਵੋਟਾਂ ਹਾਸਲ ਕਰਦੇ ਹਾਂ ਜੀ। ਬਹੁਤ ਮਿਹਰਬਾਨੀ ਬਾਈ ਜੀ, ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਵਾਸਤੇ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਸੋ ਇਹ ਸੀ ਦਰਸ਼ਨ ਦਰਸ਼ਕ ਜੀ ਖਬਰ।